ਹੈਲੋ एवरीवन वेलकम बैक टू वन्स अगेन आज ਦਾ ਜਿਹੜਾ ਆਪਣਾ ਟਾਪਿਕ ਹੈਗਾ ਜੀ ਉਹਦਾ ਨਾਮ ਹੈਗਾ ਜੈਂਡਰ ਤੇ ਇਹਨੂੰ ਜੈਂਡਰ ਐਜ਼ ਅ ਸੋਸ਼ਲ ਕਨਸਟਰਕਟ ਜਾਂ ਜੈਂਡਰ ਬਾਇਸ ਜਾਂ ਸਟੈਰੀਟਾਈਪ ਵੀ ਜਿਹੜਾ ਕੀ ਇਹਨੂੰ ਕਿਹਾ ਜਾਂਦਾ ਤੇ ਇਹ ਬਹੁਤ ਹੀ ਇੰਪੋਰਟੈਂਟ ਟਾਪਿਕ ਹੈਗਾ ਕਿਉਂਕਿ ਇਸ ਟਾਪਿਕ ਦੇ ਵਿੱਚ ਜਿਹੜੇ ਕੀ ਆ ਹਰ ਇੱਕ ਟੈਟ ਦੇ ਵਿੱਚ ਦੋ ਕੁਐਸਚਨ ਜਾਂ ਤਿੰਨ ਕੁਐਸਚਨ ਈਜ਼ੀਲੀ ਆਉਂਦੇ ਹੀ ਹੈਗੇ ਆ ਤੇ ਇਹ ਜਿਹੜਾ ਟਾਪਿਕ ਹੈਗਾ ਬਹੁਤ ਹੀ ਜ਼ਿਆਦਾ ਸਟੂਡੈਂਟਸ ਨੂੰ ਜਿਹੜਾ ਕੀ ਆ ਉਲਝੋਂ ਆਉਣ ਵਾਲਾ ਤੇ ਆਪਾਂ ਕਹਿ ਸਕਦੇ ਕਿ ਕੰਪਲਿਕੇਟਿਡ ਹੈਗਾ ਥੋੜਾ ਜਿਹਾ ਤਾਂ ਇਸ ਨੂੰ ਧਿਆਨ ਨਾਲ ਸਮਝੋ ਤੇ ਵੀਡੀਓ ਨੂੰ ਜਿਹੜਾ ਕੀ ਐਂਡ ਤੱਕ ਜ਼ਰੂਰ ਵਾਚ ਕਰਿਓ ਤਾਂ ਹੀ ਤੁਹਾਨੂੰ ਇਹ ਕਨਸੈਪਟ ਜਿਹੜਾ ਕੀ ਕਲੀਅਰ ਸਮਝ ਆਊਗਾ ਜੈਂਡਰ ਠੀਕ ਹੈ ਇਸ ਵਾਲਾ ਟੋਪਿਕ ਦੇ ਵਿੱਚ ਖਾਸ ਕਰ ਤੁਹਾਨੂੰ ਇੰਗਲਿਸ਼ ਦੇ ਵਿੱਚ ਹੀ ਜਿਹੜਾ ਕੀ ਹੈ ਇਹਦੀ ਧਿਆਨ ਰੱਖਣਾ ਪਊਗਾ ਕਿਉਂਕਿ ਪੰਜਾਬੀ ਦੇ ਵਿੱਚ ਜਿਹੜੇ ਕੀ ਹੈ ਸ਼ਬਦ ਤੇ ਇੰਗਲਿਸ਼ ਵਾਲੇ ਜਿਹੜੇ ਸ਼ਬਦ ਆ ਕਈ ਵਾਰ ਸੇਮ ਦਿੱਤੇ ਹੁੰਦੇ ਆ ਤਾਂ ਕੁਐਸਚਨ ਜਿਹੜਾ ਕੀ ਆ ਤਾਂ ਸਾਨੂੰ ਇਹ ਟੋਪਿਕ ਜਿਹੜਾ ਕੀ ਉਲਝਾ ਦਿੰਦਾ ਜਦੋਂ ਆਪਾਂ ਐਗਜ਼ਾਮ ਦੇ ਵਿੱਚ ਇਹਦੇ ਨਾਲ ਰਿਲੇਟਡ ਕੁਐਸਚਨ ਕਰਦੇ ਆ ਤਾਂ ਸਭ ਤੋਂ ਪਹਿਲਾਂ ਜਿਹੜਾ ਹੈਗਾ ਜੈਂਡਰ ਜੈਂਡਰ ਕੀ ਹੈ ਜੈਂਡਰ ਜਿੱਥੇ ਵਰਡ ਆ ਗਿਆ ਤੁਸੀਂ ਕੀ ਕਰਨਾ ਜਦੋਂ ਵੀ ਇਹਦੇ ਨਾਲ ਰਿਲੇਟਡ ਕੁਐਸਚਨ ਆਊਗਾ ਤੁਸੀਂ ਇੰਗਲਿਸ਼ ਦੇ ਵਿੱਚ ਹੀ ਉਹ ਐਮਸੀਕਿਊ ਨੂੰ ਦੇਖਣਾ ਉੱਥੇ ਲਿਖਿਆ ਹੋਊਗਾ ਜੈਂਡਰ ਠੀਕ ਹੈ ਜੇਕਰ ਜੈਂਡਰ ਵਰਡ ਪਾਇਆ ਗਿਆ ਹੈ ਤਾਂ ਉਹਦਾ ਮਤਲਬ ਹੈਗਾ ਸੋਸ਼ਲ ਕਨਸਟਰਕਟ ਯਾਨੀ ਕਿ ਸਮਾਜਿਕ ਸਿਰਜਣਾ ਇਹਦਾ ਮਤਲਬ ਕੀ ਹੈ ਕਿ ਸਮਾਜ ਦੁਆਰਾ ਕੀ ਚੀਜ਼ ਬਣਾਈ ਗਈ ਹੈ ਕਿ ਸਮਾਜ ਦੁਆਰਾ ਜੋ ਵੀ ਚੀਜ਼ਾਂ ਬਣਾਈਆਂ ਗਈਆਂ ਹੈਗੀਆਂ ਅਸੀਂ ਉਹਨੂੰ ਸਮਾਜ ਦੇ ਵਿੱਚ ਕਿਵੇਂ ਫੋਲੋ ਕਰਦੇ ਹਾਂ ਕਿਸੇ ਚੀਜ਼ ਨੂੰ ਜੋ ਸਾਡਾ ਰੋਲ ਆ ਜਾਂ ਕੋਈ ਵੀ ਸਾਡੀ ਆਇਡੈਂਟੀਟੀ ਹੈਗੀ ਆ ਜਾਂ ਸਮਾਜ ਸਾਡੇ ਤੋਂ ਕੀ ਚੀਜ਼ ਚਾਹੁੰਦਾ ਹੈਗਾ ਠੀਕ ਹੈ ਉਹਨੂੰ ਕੀ ਕਹਿੰਦੇ ਜੈਂਡਰ ਜੇਕਰ ਅਸੀਂ ਕੱਲੇ ਜੈਂਡਰ ਵਰਡ ਦੀ ਗੱਲ ਕਰੀਏ ਨਾ ਤਾਂ ਇਹ ਕੀ ਕਿਹਦੇ ਦੁਆਰਾ ਬਣਾਇਆ ਗਿਆ ਸੋਸ਼ਲ ਕਨਸਟਰਕਟ ਆ ਯਾਨੀ ਕਿ ਇਹ ਸਮਾਜਿਕ ਸਰਚਨਾ ਅਸੀਂ ਇਹਨੂੰ ਬਾਇਓਲੋਜੀਕਲ ਨਹੀਂ ਕਹਿ ਸਕਦੇ ਇਸ ਕਰਕੇ ਇਹ ਵਰਡ ਇੰਪੋਰਟੈਂਟ ਆ ਤੇ ਇਹਦਾ ਕਨਸੈਪਟ ਜਾਂ ਮੀਨਿੰਗ ਕਲੀਅਰ ਹੋਣਾ ਵੀ ਬਹੁਤ ਜ਼ਰੂਰੀ ਆ ਕਿ ਜੈਂਡਰ ਜਿਹੜਾ ਕਿ ਇੱਕ ਸੋਸ਼ਲ ਕਨਸਟਰਕਟ ਵਾਲਾ ਵਰਡ ਹੈਗਾ ਠੀਕ ਹੈ ਜਿੱਥੇ ਜੈਂਡਰ ਹੋਊਗਾ ਉਹ ਸੋਸ਼ਲ ਕਨਸਟਰਕਟ ਆ ਜੇਕਰ ਆਪਾਂ ਸੈਕਸ ਦੀ ਗੱਲ ਕਰੀਏ ਤਾਂ ਸੈਕਸ ਜਿਹੜਾ ਕਿ ਆ ਬਾਇਓਲੋਜੀਕਲ ਕਨਸਟਰਕਟ ਆ ਕਿਉਂ ਕਿਉਂਕਿ ਉਹ ਜੈਵਿਕ ਸਿਰਜਨਾ ਹੈ ਨਾ ਜਿੱਥੋਂ ਸਾਨੂੰ ਜਿਹੜਾ ਕਿ ਆਪਣੀ ਆਈਡੈਂਟੀਟੀ ਦੀ ਪਛਾਣ ਹੁੰਦੀ ਹੈ ਜਿਵੇਂ ਇੱਕ ਬੱਚੇ ਨੂੰ ਆਪਣੀ ਆਈਡੈਂਟੀਟੀ ਦੀ ਪਛਾਣ ਹੋ ਜਾਂਦੀ ਹੈ ਕਿ ਉਹ ਇੱਕ ਬॉय ਆ ਜਾਂ ਇੱਕ ਗਰਲ ਆ ਠੀਕ ਆ ਤਾਂ ਇਹੋ ਜੇ ਵਰਡਸ ਦਾ ਜਿਹੜਾ ਕਿ ਖਾਸ ਕਰ ਧਿਆਨ ਰੱਖਣਾ ਪੰਜਾਬੀ ਵਿੱਚ ਜੈਂਡਰ ਨੂੰ ਵੀ ਲਿੰਗ ਕ ਜਿਹੜਾ ਕਿ ਲਿੰਗ ਕਹਿੰਦੇ ਆ ਇਸ ਕਰਕੇ ਕੁਐਸਚਨ ਜਿਹੜਾ ਕਿ ਇਹ ਬਹੁਤ ਹੀ ਕੰਪਲੀਗੇਟਡ ਤੇ ਉਲਝਣ ਵਾਲਾ ਬਣ ਜਾਂਦਾ ਬਟ ਜੇਕਰ ਤੁਸੀਂ ਇੰਗਲਿਸ਼ ਦੇ ਅਕੋਰਡਿੰਗ ਦੇਖੋਗੇ ਤਾਂ ਜੇਕਰ ਜੈਂਡਰ ਆ ਤਾਂ ਉਹਦਾ ਮਤਲਬ ਕੀ ਹੋਇਆ ਸੋਸ਼ਲ ਕਨਸਟਰਕਟ ਹੀ ਹੋਊਗਾ ਉਹਦਾ ਮਤਲਬ ਯਾਨੀ ਕਿ ਸਮਾਜ ਦੁਆਰਾ ਇਹ ਚੀਜ਼ ਬਣਾਈ ਗਈ ਹੈ ਸਮਾਜ ਦੁਆਰਾ ਉਹਨੂੰ ਜਿਹੜੇ ਕਿ ਇੱਕ ਵਰਡ ਦਿੱਤਾ ਗਿਆ ਜਿਹਨੂੰ ਕੀ ਕਿਹਾ ਜਾਂਦਾ ਜੈਂਡਰ ਠੀਕ ਹੈ ਤਾਂ ਇਸ ਤਰੀਕੇ ਨਾਲ ਦੋਵਾਂ ਹੁਣ ਆਹ ਵਾਲੇ ਪੁਆਇੰਟ 'ਚ ਤੁਹਾਡੀ ਕੰਫਿਊਜ਼ਨ ਦੂਰ ਹੋ ਚੁੱਕੀ ਹੋਵੇਗੀ ਕਿ ਜੈਂਡਰ ਜਿਹੜਾ ਕਿ ਸੋਸ਼ਲ ਕਨਸਟਰਕਟ ਆ ਬਟ ਜਿਹੜਾ ਸੈਕਸ ਆ ਉਹਨੂੰ ਬਾਇਓਲੋਜੀਕਲ ਕਨਸਟਰਕਟ ਚ ਜਾਣੇ ਕਿ ਜੈਵਿਕ ਸਿਰਜਨਾ ਠੀਕ ਹੈ ਤਾਂ ਇਹ ਇੰਪੋਰਟੈਂਟ ਸੀ ਨੈਕਸਟ ਜੇਕਰ ਆਪਾਂ ਗੱਲ ਕਰੀਏ ਜੈਂਡਰ ਰੋਲਸ ਕੀ ਹੁੰਦੇ ਆ ਠੀਕ ਆ ਆ ਪਰਸਨਸ ਬਾਡੀ ਲੈਂਗੁਏਜ ਦਾ ਵੇ ਆਫ ਆ ਸੋਰੀ the pers a person's body language the way a person walks talks works or even things are determined by a social sanctioned gendered roles ठीक है मतलब sanctioned ਦਾ ਮਤਲਬ ਹੁੰਦਾ ਉਸ ਚੀਜ਼ ਨੂੰ ਪ੍ਰਭਾਵ ਕਰਦੇ ਆ ਠੀਕ ਹੈ ਮਨਜ਼ੂਰ ਕਰਨਾ ਉਸ ਚੀਜ਼ ਨੂੰ ਕੀ ਕਰਨਾ ਮਨਜ਼ੂਰ ਕਰਨਾ ਠੀਕ ਹੈ ਮਨਜ਼ੂਰੀ ਮਿਲ ਜਾਣੀ ਉਸ ਚੀਜ਼ ਦੀ ਮਤਲਬ ਜਿਹੜੀ ਪਰਸਨਸ ਦੀ ਬਾਡੀ ਲੈਂਗੁਏਜ ਤੋਂ ਹੀ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਜਿਹੜਾ ਪਰਸਨ ਆ ਉਹਦਾ ਵੇਹ ਕੀ ਆ ਤੁਰਨ ਦਾ ਵੇਹ ਕਿਵੇਂ ਆ ਉਹਦੀ ਗੱਲਬਾਤ ਕਰਨ ਦਾ ਵੇਹ ਕਿਵੇਂ ਆ ਉਹਦੇ ਕੰਮ ਕਰਨ ਦਾ ਵੇਹ ਕੀ ਆ ਈਵਨ ਉਹਦੀ ਸੋਚਣੀ ਕਿਵੇਂ ਆ ਠੀਕ ਹੈ ਤਾਂ ਉਹ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਇੱਕ ਸੋਸ਼ਲ ਜਿਹੜਾ ਕੀ ਆ ਬਣ ਜਾਂਦਾ ਸੈਂਸ਼ਰਡ ਵਰਡ ਬਣ ਜਾਂਦਾ ਜਿਹਨੂੰ ਕਹਿੰਦੇ ਮਨਜ਼ੂਰ ਦੇ ਦਿੰਦਾ ਕਿਹਨੂੰ ਦਿੰਦਾ ਸਾਡੇ ਜੈਂਡਰਸ ਰੋਲ ਨੂੰ ਠੀਕ ਹੈ ਜਾਨੀ ਕਿ ਇੱਕ ਸਮਾਜ ਦੇ ਦੁਆਰਾ ਜਦੋਂ ਅਸੀਂ ਕਿਸੇ ਪਰਸਨ ਨੂੰ ਦੇਖਦੇ ਹਾਂ ਕਿ ਉਹਦੀ ਬਾਡੀ ਲੈਂਗੁਏਜ ਕਿਵੇਂ ਆ ਠੀਕ ਹੈ ਉਹ ਸਾਡੇ ਨਾਲ ਕਿਸ ਤਰੀਕੇ ਨਾਲ ਗੱਲ ਕਰਦਾ ਹੈਗਾ ਉਹਦਾ ਤੁਰਨ ਦਾ ਠੀਕ ਹੈ ਢੰਗ ਕੀ ਆ ਉਹਦੇ ਗੱਲਬਾਤ ਕਰਨ ਦਾ ਢੰਗ ਕੀ ਆ ਉਹਦੇ ਵਰਕ ਕਰਨ ਦਾ ਢੰਗ ਕੀ ਆ ਤੇ ਉਹਦਾ ਜਿਹੜੇ ਕੀ ਹੈ ਥਿੰਕਿੰਗ ਕਿਸ ਤਰੀਕੇ ਨਾਲ ਹੈਗੀ ਆ ਇਹ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਇੱਕ ਸਮਾਜ ਸਾਨੂੰ ਇੱਕ ਜੈਂਡਰ ਰੋਲ ਪੇਸ਼ ਕਰ ਦਿੰਦਾ ਹੈ ਕਿ ਤੁਸੀਂ ਇਸ ਚੀਜ਼ ਜਾਂ ਇਸ ਕੈਟਾਗਰੀ ਦੇ ਵਿੱਚ ਆਉਂਦੇ ਆ ਤਾਂ ਉਹਨੂੰ ਕੀ ਕਹਿੰਦੇ ਹੈਗੇ ਜੈਂਡਰ ਰੋਲਸ ਠੀਕ ਹੈ ਇੱਥੋਂ ਤੁਹਾਨੂੰ ਇਹ ਜੈਂਡਰ ਰੋਲ ਦਾ ਕਨਸੈਪਟ ਕਲੀਅਰ ਹੋ ਗਿਆ ਹੋਊਗਾ ਦੇਖੋ ਇਸ ਵਾਲੇ ਟਾਪਿਕ ਦੇ ਵਿੱਚ ਆਪਾਂ ਕੋਈ ਵੀ ਪੁਆਇੰਟ ਨਹੀਂ ਛੱਡ ਸਕਦੇ ਕਿਉਂਕਿ ਸੇਮ ਐਜ਼ ਇਟ ਇਜ਼ ਇਹ ਸਾਰੇ ਹੀ ਕੁਐਸਚਨ ਦੇ ਵਿੱਚ ਪਾਏ ਹੁੰਦੇ ਆ ਠੀਕ ਹੈ ਸਟੇਟਮੈਂਟ ਨਹੀਂ ਬਟ ਆਪ ਜਰੂਰ ਪਾਏ ਹੁੰਦੇ ਵਰਡ ਜੈਂਡਰ ਰੋਲ ਜੈਂਡਰ ਜੈਂਡਰ ਰੋਲ ਟਾਈਪਿੰਗ ਜੈਂਡਰ ਬਾਇਸ ਸਟੈਰੀਟਾਈਪ ਤਾਂ ਉੱਥੇ ਸਾਨੂੰ ਜਿਹੜਾ ਕੀ ਹੈ ਕਈ ਵਾਰ ਕੋਈ ਐਗਜ਼ਾਮਪਲ ਦੇ ਕੇ ਵੀ ਕੁਐਸਚਨ ਪੁੱਛਿਆ ਜਾਂਦਾ ਤਾਂ ਇਹਦੇ ਮੀਨਿੰਗ ਤੁਹਾਡੇ ਕਲੀਅਰ ਹੋਣੇ ਬਹੁਤ ਜ਼ਰੂਰੀ ਹੈ ਠੀਕ ਹੈ ਨੈਕਸਟ ਜੇਕਰ ਆਪਾਂ ਗੱਲ ਕਰੀਏ ਕਿ ਜੈਂਡਰ ਰੋਲ ਟਾਈਪਿੰਗ ਕੀ ਹੁੰਦੀ ਹੈ ਠੀਕ ਹੈ ਜੇਕਰ ਅਸੀਂ ਗੱਲ ਕਰੀਏ ਕਿ ਜੈਂਡਰ ਰੋਲ ਟਾਈਪਿੰਗ ਕੀ ਹੁੰਦੀ ਹੈ ਤਾਂ ਇਹ ਕੀ ਹੁੰਦਾ ਜਦੋਂ ਇੱਕ ਪਰਸਨ ਜਿਹੜਾ ਕੀ ਹੈ ਸਟੇਜਿਸ ਦੇ ਵਿੱਚ ਜਦੋਂ ਬੱਚਾ ਆਂਦਾ ਸਭ ਤੋਂ ਪਹਿਲਾਂ ਜਿਹੜੀ ਆਪਾਂ ਸਟੇਜ ਕੀਤੀ ਸੀਗੀ ਇਨਫੈਂਸੀ ਠੀਕ ਹੈ ਇਨ ਫੈਂਸੀ ਸਟੇਜ ਬਾਰੇ ਆਪਾਂ ਗੱਲ ਕੀਤੀ ਸੀ ਉਸ ਤੋਂ ਬਾਅਦ ਆਪਾਂ ਗੱਲ ਕੀਤੀ ਚਾਈਲਡਹੂਡ ਜਿਹਦੇ ਵਿੱਚ ਆਪਣੀਆਂ ਸਾਰੀਆਂ ਸਟੇਜ ਆ ਗਈਆਂ ਹਨਾ ਚਾਈਲਡਹੂਡ ਦੇ ਬਾਰੇ ਆਪਾਂ ਜਿਹੜੀ ਕੀ ਗੱਲ ਕੀਤੀ ਜਿਹਦੇ ਵਿੱਚ ਆਪਣਾ ਪ੍ਰੀ ਚਾਈਲਡਹੂਡ ਵੀ ਆ ਗਿਆ ਲੇਟਰ ਚਾਈਲਡਹੂਡ ਵੀ ਆ ਗਿਆ ਉਸ ਤੋਂ ਬਾਅਦ ਜੇਕਰ ਆਪਾਂ ਅਡੋਲੈਸੈਂਟ ਦੀ ਗੱਲ ਕਰੀਏ ਤਾਂ ਆਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਕੀ ਇਹ ਪ੍ਰਭਾਵਿਤ ਕਰਦਾ ਠੀਕ ਹੈ ਇਨਫਲੂਐਂਸ ਕਰਦਾ ਕੌਣ ਕਰਦਾ ਜੈਂਡਰ ਰੋਲ ਠੀਕ ਹੈ 5 ਸਾਲ ਦੇ ਵਿੱਚ ਜਦੋਂ ਬੱਚਾ 5 ਕੁ ਸਾਲ ਦਾ ਹੋ ਜਾਂਦਾ ਉਹਨੂੰ ਜਿਹੜਾ ਕਿ ਆਪਣੇ ਜੈਂਡਰ ਦੇ ਰੋਲ ਦੀ ਜਿਹੜੀ ਕਿ ਪਛਾਣ ਹੋ ਜਾਂਦੀ ਹੈ ਠੀਕ ਹੈ ਉਹਨੂੰ ਇਹ ਚੀਜ਼ ਪਤਾ ਲੱਗ ਜਾਂਦੀ ਹੈ ਜੇਕਰ ਆਪਾਂ ਇਹ ਗੱਲ ਕਹੀਏ ਕਿ ਜੈਂਡਰ ਰੋਲ ਦਾ ਬੱਚੇ ਨੂੰ ਕਿਵੇਂ ਪਤਾ ਲੱਗਦਾ ਕਿ ਬੱਚੇ ਦੇ ਉੱਤੇ ਕਿਸ ਤਰੀਕੇ ਨਾਲ ਇਫੈਕਟ ਪੈਂਦਾ ਜਾਂ ਆਹ ਚੀਜ਼ਾਂ ਦਾ ਸਾਡੇ ਉੱਤੇ ਕਿਵੇਂ ਇਫੈਕਟ ਪੈਂਦਾ ਕਿ ਸਾਡਾ ਰੋਲ ਕੀ ਹੈ ਸਮਾਜ ਦੇ ਵਿੱਚ ਤਾਂ ਇਹ ਚੀਜ਼ਾਂ ਨੂੰ ਇਫੈਕਟ ਪਾਉਣ ਵਾਲੇ ਜਿਹੜੇ ਪਰਸਨ ਹੁੰਦੇ ਆ ਜਾਂ ਜਿਹੜੇ ਆਪਾਂ ਕਹਿ ਸਕਦੇ ਕਿ ਸਮਾਜ ਵਿੱਚ ਚੀਜ਼ਾਂ ਜਿਹੜੀਆਂ ਸਾਡੇ ਤੇ ਇਫੈਕਟ ਪਾਉਂਦੀਆਂ ਕਿ ਤੁਹਾਡਾ ਐਜ਼ ਅ ਜੈਂਡਰ ਤੁਸੀਂ ਸੋਸ਼ਲ ਵਿੱਚ ਸਮਾਜ ਵਿੱਚ ਤੁਹਾਡਾ ਕੀ ਰ ਹੈਗਾ ਤੁਸੀਂ ਕੀ ਕੰਮ ਕਰਨਾ ਚਾਹੁੰਦੇ ਹੋ ਹਨਾ ਤਾਂ ਉਹ ਕੀ ਚੀਜ਼ ਹੈਗਾ ਇੱਕ ਫੈਮਲੀ ਆ ਜਾਂਦੀ ਹੈ ਸਭ ਤੋਂ ਪਹਿਲਾਂ ਜੇਕਰ ਆਪਾਂ ਅਫੈਕਟ ਦੀ ਗੱਲ ਕਰੀਏ ਕਿਉਂਕਿ ਬੱਚਾ ਜਿਹੜਾ ਕੀ ਹੈ ਸਭ ਤੋਂ ਪਹਿਲਾਂ ਛੋਟੇ ਹੁੰਦੇ ਹੀ ਆਪਣੇ ਫੈਮਲੀ ਤੇ ਪਰਿਵਾਰ ਵਿੱਚ ਰਹਿੰਦਾ ਹਨਾ ਤਾਂ ਫੈਮਲੀ ਦੇ ਵਿੱਚ ਜਦੋਂ ਉਹਨੂੰ ਕੋਈ ਕੰਮ ਕਿਹਾ ਜਾਂਦਾ ਤਾਂ ਉਹਨੂੰ ਉੱਥੋਂ ਥੋੜੀ ਜਿਹੀ ਪਛਾਣ ਹੋ ਜਾਂਦੀ ਜਿਵੇਂ ਆਪਾਂ ਮੁੰਡੇ ਨੂੰ ਕਿਸੇ ਦਾ ਕੰਮ ਕਹਿਣ ਲਈ ਉਹਨੂੰ ਕਹਿੰਨੇ ਤੂੰ ਆਹ ਕੰਮ ਕਰ ਕਰਨ ਗਿਆ ਗਿਆ ਵਰਡ ਯੂਜ਼ ਕਰਦੇ ਆਂ ਬਟ ਜੇਕਰ ਆਪਾਂ ਲੜਕੀ ਲਈ ਕੋਈ ਗੱਲ ਕਹਿੰਨੇ ਆਂ ਵੀ ਉਹ ਇਹ ਕੰਮ ਕੋਈ ਵੀ ਕੰਮ ਕਰਨ ਗਈ ਆ ਹਨਾ ਤਾਂ ਮਤਲਬ ਉਹਦਾ ਕੀ ਹੋਇਆ ਗਈ ਤਾਂ ਗਿਆ ਤੇ ਗਈ ਵਰਡ ਤੋਂ ਜਿਹੜਾ ਕਿ ਉਹਨਾਂ ਨੂੰ ਇਹ ਚੀਜ਼ ਕਲੀਅਰ ਹੋ ਜਾਂਦੀ ਹੈ ਕਿ ਸਾਡਾ ਕੀ ਰੋਲ ਆ ਹਨਾ ਸਾਡੀ ਕੀ ਪਛਾਣ ਹੈਗੀ ਆ ਯਾਨੀ ਕਿ ਇੱਕ ਸਮਾਜ ਦੇ ਵਿਚ ਇੱਕ ਲੜਕਾ ਜਾਂ ਲੜਕੀ ਜਾਂ ਸਮਾਜ ਸਾਡੇ ਤੋਂ ਕੀ ਚਾਹੁੰਦਾ ਹੈਗਾ ਹਨਾ ਜੋ ਅਸੀਂ ਰੋਲ ਅਦਾ ਕਰਦੇ ਹਾਂ ਇੱਕ ਸਮਾਜ ਦੇ ਵਿੱਚ ਉਹਨੂੰ ਕੀ ਕਹਿੰਦੇ ਆ ਜੈਂਡਰ ਰੋਲ ਟਾਈਪਿੰਗ ਠੀਕ ਹੈ ਫੈਮਲੀ ਇਨਫਲੂਐਂਸ ਕਰਦੀ ਹੈ ਫੈਮਲੀ ਇਸ ਚੀਜ਼ ਦੇ ਉੱਤੇ ਪ੍ਰਭਾਵ ਪਾਉਂਦੀ ਹੈ ਦੂਸਰੀ ਆਗੇ ਹੈਗੇ ਸਾਡੀ ਐਜੂਕੇਸ਼ਨ ਵੀ ਪ੍ਰਭਾਵ ਪਾਉਂਦੀ ਹੈ ਇਸ ਚੀਜ਼ ਦੇ ਉੱਪਰ ਹੁਣ ਐਜੂਕੇਸ਼ਨ ਦੇ ਵਿੱਚ ਦੇਖੋ ਕਈ ਵਾਰ ਆਪਾਂ ਵੇਖਦੇ ਕਿ ਬੁਕਸ ਵਗੈਰਾ ਪੜ੍ਹ ਰਹੇ ਹੁੰਨੇ ਆ ਤੇ ਕਈ ਵਾਰ ਇਹੋ ਜੀਆਂ ਸਟੋਰੀਜ਼ ਦਿੱਤੀਆਂ ਜਾਂਦੀਆਂ ਜਿਦੇ ਵਿੱਚ ਇਹ ਦਿਖਾਇਆ ਜਾਂਦਾ ਹੈਗਾ ਕਿ ਜਿਹੜੀਆਂ ਔਰਤਾਂ ਹੈਗੀਆਂ ਘਰ ਦਾ ਕੰਮ ਕਰ ਰਹੀਆਂ ਹੈਗੀਆਂ ਤੇ ਜਿਹੜੇ ਮਰਦ ਹੈਗੇ ਆ ਉਹ ਬਾਹਰ ਕਿਤੇ ਗਏ ਹੈਗੇ ਆ ਕਿਤੇ ਜੌਬ ਤੇ ਤਾਂ ਇਸ ਤਰੀਕੇ ਨਾਲ ਕਾਫੀ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਪਿਕਚਰ ਦੇ ਥਰੂ ਬੁਕਸ ਦੇ ਵਿੱਚ ਸ਼ੋਅ ਕਿਤੇ ਆ ਜਾਂਦੀਆਂ ਜਿਹੜਾ ਕਿ ਸਾਨੂੰ ਦਿਖਾ ਕਿ ਜੈਂਡਰ ਰੋਲ ਟਾਈਪਿੰਗ ਹੁੰਦੀ ਹੈ ਠੀਕ ਹੈ ਇਸੇ ਤਰੀਕੇ ਨਾਲ ਜੇਕਰ ਆਪਾਂ ਸੋਸ਼ਲ ਮੀਡੀਆ ਦੀ ਗੱਲ ਕਰੀਏ ਤਾਂ ਮੀਡੀਆ ਵੀ ਇਸ ਚੀਜ਼ ਦਾ ਫੈਕਟ ਪਾਉਂਦਾ ਹੈਗਾ ਜਿਵੇਂ ਆਪਾਂ ਕਹਦੇ ਇੱਕ ਡਿਟਰਜੈਂਟ ਦੀ ਇੱਕ ਐਡ ਹੁੰਦੀ ਹੈ ਹਨਾ ਉਹਦੇ ਵਿੱਚ ਦਿਖਾਇਆ ਜਾਂਦਾ ਹੁੰਦਾ ਹੈ ਕਿ ਇੱਕ ਲੇਡੀ ਜਿਹੜੀ ਕਿ ਇਹ ਕੱਪੜੇ ਧੋ ਰਹੀ ਹੁੰਦੀ ਹੈ ਠੀਕ ਹੈ ਤੇ ਦੂਸਰਾ ਉਹਦਾ ਜਿਹੜਾ ਹਸਬੈਂਡ ਹੁੰਦਾ ਠੀਕ ਹੈ ਤਾਂ ਉਹ ਜਿਹੜਾ ਕੀ ਆ ਲਿਆ ਕੇ ਦਿੰਦਾ ਪਾਊਡਰ ਜਾਂ ਕੁਝ ਵੀ ਹਨਾ ਉਹਦੇ ਵਿੱਚ ਇਹ ਨਹੀਂ ਦਿਖਾਇਆ ਜਾਂਦਾ ਕਿ ਉਹ ਧੋ ਰਿਆ ਹੁੰਦਾ ਬਟ ਲੇਡੀ ਹੀ ਸ਼ੋ ਕੀਤੀ ਜਾਂਦੀ ਕੁਕਿੰਗ ਲਈ ਜਿਹੜੇ ਕਿ ਇਹ ਲੇਡੀ ਹਮੇਸ਼ਾ ਸ਼ੋ ਕੀਤੀ ਜਾਂਦੀ ਹੈ ਹਨਾ ਤਾਂ ਇਸ ਤਰੀਕੇ ਐਡਸ ਵੀ ਹੁੰਦੀਆਂ ਜਿਹੜੀਆਂ ਸਾਡੇ ਕੀਆ ਇੱਕ ਜੈਂਡਰ ਰੋਲ ਦਾ ਪ੍ਰਭਾਵ ਹੁੰਦੀਆਂ ਹੈ ਕਿ ਸਾਡਾ ਸਮਾਜ ਦੇ ਵਿੱਚ ਕੀ ਜੈਂਡਰ ਰੋਲ ਆ ਤਾਂ ਅਸੀਂ ਕਹਿ ਸਕਦੇ ਹਾਂ ਇਸੇ ਤਰੀਕੇ ਨਾਲ ਮੈਰਿਜ ਠੀਕ ਹੈ ਮੈਰਿਜ ਵੀ ਇਸ ਚੀਜ਼ ਦਾ ਇਫੈਕਟ ਪਾਉਂਦੀ ਆ ਮੈਰਿਜ ਦੇ ਵਿੱਚ ਵੀ ਤੁਹਾਡਾ ਸੋਸ਼ਲ ਰੋਲ ਹੋ ਜਾਂਦਾ ਬਟ ਆਪਾਂ ਨੂੰ ਉਸ ਚੀਜ਼ ਦਾ ਪਤਾ ਨਹੀਂ ਲੱਗਦਾ ਦੇਖੋ ਮੈਰਿਜ ਦੇ ਵਿੱਚ ਕੀ ਹੁੰਦਾ ਜ਼ਿਆਦਾਤਰ ਜਿਹੜੇ ਕਿ ਬॉयਜ਼ ਨੂੰ ਇਹ ਕੰਮ ਸੋਪਿਆ ਜਾਂਦਾ ਤੁਸੀਂ ਇਸ ਚੀਜ਼ ਦੀ ਹੈਲਪ ਕਰਾਓ ਹਨਾ ਤਾਂ ਉਹ ਵੱਡੇ ਵੱਡੇ ਕੰਮ ਕਰਦੇ ਆ ਕੋਈ ਵੀ ਕਿਸੇ ਵੀ ਚੀਜ਼ ਨੂੰ ਜ਼ਿੰਮੇਵਾਰੀ ਲੈ ਲੀ ਬਟ ਲੇਡੀਜ਼ ਨੂੰ ਹਮੇਸ਼ਾ ਉਸੇ ਤਰੀਕੇ ਨਾਲ ਹੀ ਕੰਮ ਦਿੱਤੇ ਜਾਂਦੇ ਜੋ ਉਹਨਾਂ ਦੇ ਪੇਸ਼ੇ ਦੇ ਮੁਤਾਬਿਕ ਹੁੰਦਾ ਠੀਕ ਹੈ ਤਾਂ ਅਸੀਂ ਇਹ ਚੀਜ਼ ਕਹਿ ਸਕਦੇ ਆ ਜਾਂ ਮੈਰਿਜ ਦੇ ਵਿੱਚ ਇੱਕ ਐਗਜ਼ਾਮਪਲ ਹੋਰ ਤੌਰ ਤੇ ਤੁਹਾਨੂੰ ਐਵੇਂ ਸਮਝਾ ਸਕਦੇ ਆ ਕਿ ਲੜਕੀਆਂ ਵਿਆਹ ਤੋਂ ਬਾਅਦ ਲੜਕੇ ਦੇ ਘ ਕੋਣ ਚੁੰਦਾ ਹੈ ਸਮਾਜ ਚੋਂਦਾ ਤਾਂ ਅਸੀਂ ਕਹਿ ਸਕਦੇ ਕਿ ਇਸ ਤਰੀਕੇ ਨਾਲ ਸਾਡਾ ਜਿਹੜਾ ਕੀ ਹੈ ਸਾਨੂੰ ਰੋਜ਼ ਪਤਾ ਲੱਗ ਜਾਂਦਾ ਹੈ ਕਿ ਸਾਡੇ ਸਮਾਜ ਦੇ ਵਿੱਚ ਕੀ ਰੋਲ ਹੈਗੇ ਆ ਤੇ ਇਹਨਾਂ ਚੀਜ਼ਾਂ ਦਾ ਜਿਹੜਾ ਕੀ ਸਾਡੇ ਰੋਲ ਜੈਂਡਰ ਰੋਲ ਟਾਈਪਿੰਗ ਦੇ ਉੱਤੇ ਜਿਹੜਾ ਕਿ ਆਫੈਕਟ ਪੈਂਦਾ ਠੀਕ ਹੈ ਤਾਂ ਇਹ ਜਿਹੜੇ ਵਰਡ ਹੈਗੇ ਸਾਰੇ ਦੇ ਸਾਰੇ ਬਹੁਤ ਇੰਪੋਰਟੈਂਟ ਹੈਗੇ ਧਿਆਨ ਨਾਲ ਇਸ ਚੀਜ਼ ਨੂੰ ਸਮਝਿਓ ਕਿ ਜੈਂਡਰ ਰੋਲ ਕੀ ਹੈ ਜੈਂਡਰ ਰੋਲ ਟਾਈਪਿੰਗ ਕੀ ਹੈ ਇਹ ਚੀਜ਼ ਜ਼ਰੂਰ ਰੱਖਿਓ ਕਿ 5 ਸਾਲ ਦੇ ਵਿੱਚ ਜਾ ਕੇ ਬੱਚੇ ਨੂੰ ਜਿਹੜਾ ਕਿ ਆਪਣਾ ਪਹਿਚਾਨ ਆ ਜਾਂਦੀ ਹੈ ਠੀਕ ਹੈ ਨੈਕਸਟ ਆਪਾਂ ਇਹਦੇ ਅਗਲੇ ਹੋਰ ਪੁਆਇੰਟ ਡਿਸਕਸ ਕਰਦੇ ਆ ਨੈਕਸਟ ਆਪਣਾ ਆ ਗਿਆ ਜੀ ਉਹ ਹੈਗਾ ਜੈਂਡਰ ਆਇਡੈਂਟੀਟੀ ਠੀਕ ਹੈ ਜੈਂਡਰ ਆਇਡੈਂਟੀਟੀ ਕੀ ਹੁੰਦੀ ਆ ਇੱਕ ਲੜਕੇ ਨੂੰ ਲੜਕਾ ਜਨ ਠੀਕ ਹੈ ਤੇ ਇੱਕ ਲੜਕੀ ਨੂੰ ਲੜਕੀ ਹੋਣ ਦੀ ਪਛਾਣ ਆ ਜਾਂਦੀ ਹੈ ਠੀਕ ਹੈ ਤਾਂ ਅਸੀਂ ਕਹਿ ਸਕਦੇ ਹਾਂ ਕਿ 2 ਸਾਲ ਦੇ ਵਿੱਚ ਜਦੋਂ ਬੱਚਾ 2 ਸਾਲ ਦਾ ਵਿੱਚ ਹੁੰਦਾ ਉਹਨੂੰ ਜਿਹੜਾ ਕੀ ਆ ਆਪਣੀ ਜਿਹੜੀ ਕੀ ਹੈ ਜੈਂਡਰ ਦੀ ਜਿਹੜੀ ਕੀ ਆ ਆਇਡੈਂਟੀਟੀ ਪਛਾਣ ਹੋਣ ਲੱਗ ਜਾਂਦੀ ਹੈ ਤੇ 5 ਸਾਲ ਤੱਕ ਇਹ ਚੀਜ਼ ਜਿਹੜੀ ਕਿ ਉਹਨੂੰ ਪ੍ਰਭਾਵਿਤ ਕਰਦੀ ਹੈ ਜਾਨੀ ਕਿ ਉਸ ਦੇ ਉੱਤੇ ਅਫੈਕਟ ਪਉਂਦੀ ਇਸ ਚੀਜ਼ ਦਾ ਕਿਉਂਕਿ ਉਹ ਵੀ ਜਿਹੜਾ ਕੀ ਆ ਉਹ ਥੋੜਾ ਜਿਹਾ ਉਲਝ ਜਾਂਦਾ ਕਿ ਕਦੇ ਮੇਰੇ ਨਾਲ ਜਿਹੜਾ ਕੀ ਆ ਇੱਕ ਲੜਕਿਆਂ ਦੀ ਤਰ੍ਹਾਂ ਬਿਹੇਵੀਅਰ ਹੁੰਦਾ ਤੇ ਕਈ ਵਾਰ ਬੱਚੇ ਇਹ ਚੀਜ਼ ਫੀਲ ਕਰ ਰਹੇ ਹੁੰਦੇ ਕਿ ਮੇਰੇ ਨਾਲ ਲੜਕੀਆਂ ਜਿਵੇਂ ਮੋਸਟਲੀ ਜੇਕਰ ਕਿਸੇ ਦੇ ਘਰੇ ਫਸਟ ਟਾਈਮ ਮਤਲਬ ਇੱਕ ਬੇ ਫਿਗਰ ਲ ਲੜਕੀ ਹੀ ਹੁੰਦੀ ਆ ਤਾਂ ਉਹਦੇ ਨਾਲ ਜਿਹੜਾ ਕਿ ਇਹ ਸ਼ੁਰੂ ਵਿੱਚ ਉਹ ਇੱਕ ਜੇਕਰ ਉਹ ਲੜਕੇ ਦੀ ਇੱਛਾ ਰੱਖਦੇ ਆ ਤਾਂ ਉਹਦੇ ਨਾਲ ਜਿਹੜਾ ਕਿ ਆ ਉਸ ਨੂੰ ਉਸ ਤਰੀਕੇ ਨਾਲ ਕੱਪੜੇ ਪਹਿਨ ਆਏ ਜਾਂਦੇ ਆ ਹਨਾ ਤਾਂ ਉਹਦੇ ਨਾਲ ਉਸ ਤਰੀਕੇ ਨਾਲ ਬਿਹੇਵੀਅਰ ਕੀਤਾ ਜਾਂਦਾ ਹੈ ਕਿ ਬੱਚੇ ਨੂੰ ਵੀ ਇੱਕ ਇਸ ਤਰੀਕੇ ਨਾਲ ਫੀਲ ਹੁੰਦਾ ਹੈ ਕਿ ਜਿਵੇਂ ਉਹਨੂੰ ਲੜਕੀਆਂ ਦੀ ਤਰ੍ਹਾਂ ਰੱਖਿਆ ਜਾਂਦਾ ਨਾ ਆਪਣੀ ਕਈ ਪੇਰੈਂਟਸ ਆਉਦੀ ਰੀਝ ਬਗਾਉਂਦੇ ਹੈਗੇ ਆ ਕੋਈ ਵੀ ਚੀਜ਼ ਉਹ ਉਹਨਾਂ ਨੂੰ ਕਰਕੇ ਤਾਂ ਅਸੀਂ ਕਹਿ ਸਕਦੇ ਹਾਂ ਵੀ ਉਹਦੇ ਵਿੱਚ ਕੀ ਹੁੰਦਾ ਬੱਚੇ ਨੂੰ ਜਿਹੜੀ ਕਿ ਜੈਂਡਰ ਆਇਡੈਂਟੀ ਜਿਹੜੀ ਕਿ 2 ਸਾਲ ਦੇ ਵਿੱਚ ਪਛਾਣ ਬਣਾਉਣਾ ਉਹ ਸ਼ੁਰੂ ਕਰ ਦਿੰਦਾ ਬਟ 5 ਸਾਲ ਤੱਕ ਇਸ ਚੀਜ਼ ਜਿਹੜੀ ਕਿ ਉਹਦੇ ਉੱਤੇ ਪ੍ਰਭਾਵ ਪੁੰਹਦੀ ਹੈ ਠੀਕ ਹੈ ਤਾਂ ਅਸੀਂ ਕਹਿ ਸਕਦੇ ਹਾਂ ਕਿ ਜੈਂਡਰ ਆਇਡੈਂਟੀ ਵਿੱਚ ਕੀ ਹੈ ਜਿਵੇਂ ਅਸੀਂ ਲੜਕੇ ਲਈ ਯੂਜ਼ ਕੀਤਾ ਸੀਗਾ ਹਨਾ ਕਿ ਜਿਹੜੇ ਲੜਕੇ ਲਈ ਆਪਾਂ ਗਿਆ ਵਰਡ ਯੂਜ਼ ਕਰਦੇ ਹਾਂ ਹਨਾ ਤੇ ਲੜਕੀ ਲਈ ਜਿਹੜਾ ਕਿ ਆਪਾਂ ਗਈ ਵਰਡ ਯੂਜ਼ ਕਰਦੇ ਹਾਂ ਤਾਂ ਇੱਥੋਂ ਜਿਹੜੀ ਕਿ ਇਹ ਬੱਚੇ ਨੂੰ ਜਿਹੜੀ ਕਿ ਪਛਾਣ ਹੋਣੀ ਸ਼ੁਰੂ ਕਰ ਦਿੰਦੇ ਕਿ ਮੈਂ ਲੜਕਾ ਜਾਂ ਮੈਂ ਲੜਕੀ ਹਾਂ ਠੀਕ ਹੈ ਤਾਂ ਤਾਂ ਨੂੰ ਕਲੀਅਰ ਹੋ ਚੁੱਕਿਆ ਹੋਊਗਾ ਪੁਆਇੰਟ ਕਿ ਜੈਂਡਰ ਆਈਡੈਂਟੀਟੀ ਹੈ ਨੈਕਸਟ ਜਿਹੜਾ ਆਹ ਵਾਲਾ ਪੁਆਇੰਟ ਹੈਗਾ ਮੋਸਟ ਇੰਪੋਰਟੈਂਟ ਪੁਆਇੰਟ ਹੈਗਾ ਜੈਂਡਰ ਸਟੀਰੀਓਟਾਈਪ ਕੀ ਹੁੰਦਾ ਲਿੰਗ ਰੂੜੀਵਾਦ ਠੀਕ ਹੈ ਜੋ ਚੀਜ਼ਾਂ ਪੁਰਾਣੇ ਟਾਈਮ ਤੋਂ ਹੀ ਚੱਲਦੀਆਂ ਆ ਰਹੀਆਂ ਯਾਨੀ ਕਿ ਜੋ ਸਾਡੇ ਰੀਤੀ ਰਿਵਾਜ ਆ ਜੋ ਸਾਡੇ ਪਰੰਪਰਾ ਹੈ ਗਿਆ ਠੀਕ ਹੈ ਜੋ ਸਾਡੀ ਸੰਸਕ੍ਰਿਤੀ ਹੈ ਜਿਹਨਾਂ ਨੂੰ ਅਸੀਂ ਫੋਲੋ ਕਰਦੇ ਆ ਰਹੇ ਹਾਂ ਤੇ ਉਸੇ ਤਰੀਕੇ ਨੇ ਸਾਨੂੰ ਜਿਹੜਾ ਕਿ ਮੰਨਣਾ ਪੈਂਦਾ ਉਹਨੂੰ ਕੀ ਕਹਿੰਦੇ ਹੈਗੇ ਜੈਂਡਰ ਸਟੀਰੀਓਟਾਈਪ ਠੀਕ ਹੈ ਕੀ ਹੈ ਜੈਂਡਰ ਸਟੀਰੀਓਟਾਈਪ ਇਜ਼ ਅ ਐਵਿਡੈਂਟ ਇਨ ਮੈਨੀ ਐਸਪੈਕਟਸ ਆਫ ਲਾਈਫ ਇਨਕਲੂਡਿੰਗ ਪਰਸਨਲ ਟ੍ਰੇਟਸ ਠੀਕ ਹੈ ਕੀ ਕਰਦਾ ਸਾਡੇ ਐਸਪੈਕਟਸ ਹੈਗੇ ਆ ਲਾਈਫ ਦੇ ਠੀਕ ਹੈ ਇਨਕਲੂਡ ਕਰਦਾ ਹੈਗਾ ਸਾਡੇ ਪਰਸਨਲ ਜਿਹੜੇ ਕੀ ਟ੍ਰੇਟਸ ਹੁੰਦੇ ਆ ਠੀਕ ਹੈ ਜਿਵੇਂ ਕੀ ਹੋ ਗਿਆ ਬਿਹੇਵੀਅਰਸ ਓਕੂਪੇਸ਼ਨ ਸਾਡਾ ਕੀਤਾ ਕੀ ਹੈ ਕੰਮ ਦਾ ਠੀਕ ਹੈ ਸਾਡੀਆਂ ਹੌਬੀਜ਼ ਕੀ ਹੈ ਠੀਕ ਹੈ ਫੈਮਲੀ ਫੰਕਸ਼ਨਸ ਹੋਗੇ ਕਮਿਊਨੀਕੇਸ਼ਨ ਕਿਸੇ ਨਾਲ ਗੱਲਬਾਤ ਕਰਨ ਦਾ ਤਰੀਕਾ ਹੋ ਗਿਆ ਸਪੋਰਟਸ ਐਕਟੀਵਿਟੀਜ਼ ਇਨਾਂ ਨੂੰ ਜਿਹੜਾ ਕਿ ਇਹ ਪ੍ਰੈਫਰੈਂਸ ਕਰਦਾ ਕੀ ਕਰਦਾ ਪ੍ਰੈਫਰੈਂਸ ਕਰਦਾ ਤਾਂ ਅਸੀਂ ਕਹਿ ਸਕਦੇ ਹਾਂ ਕਿ ਜੈਂਡਰ ਸਟੀਰੀਓਟਾਈਪ ਕੀ ਹੈ ਇਨਕਲੂਡ ਕਰਦਾ ਸਾਰੀਆਂ ਚੀਜ਼ਾਂ ਨੂੰ ਠੀਕ ਹੈ ਇਹਦੇ ਵਿੱਚ ਹਰੇਕ ਚੀਜ਼ ਅਸੀਂ ਇਹ ਨਹੀਂ ਕਹਿ ਸਕਦੇ ਕਿ ਇੱਕ ਚੀਜ਼ ਤੋਂ ਹੀ ਅਸੀਂ ਕਾਊਂਟ ਕਰ ਲਈ ਕਿ ਜੈਂਡਰ ਸਟੀਰੀਓਟਾਈਪ ਹੈਗਾ ਸਾਰੀਆਂ ਚੀਜ਼ਾਂ ਇਹਦੇ ਵਿੱਚ ਇਨਕਲੂਡ ਹੁੰਦੀਆਂ ਜਿਵੇਂ ਇਹਦੇ ਵਿੱਚ ਕੀ ਹੈ ਕਿ ਇੱਕ ਸਮਾਜ ਦੇ ਦੁਆਰਾ ਜੋ ਰੀਤੀ ਰਿਵਾਜ ਬਣਾਏ ਗਏ ਆ ਜਾਂ ਜੋ ਵੀ ਮੋਰਲ ਡਵੈਲਪਮੈਂਟ ਨੈਤਿਕ ਬਣਾਏ ਗਏ ਆ ਅਸੀਂ ਉਹ ਚੀਜ਼ਾਂ ਨੂੰ ਫੋਲੋ ਕਰਦੇ ਆ ਜੇਕਰ ਅਸੀਂ ਉਹ ਜਿਵੇਂ ਮੰਨ ਲਓ ਇੱਕ ਲੜਕੀ ਆ ਵਿਆਹ ਤੋਂ ਬਾਅਦ ਜਿਹੜਾ ਕਿ ਲੜਕੇ ਦੇ ਘਰੇ ਜਾਊਗੀ ਜੇਕਰ ਉਹ ਇਹੋ ਜਿਹਾ ਨਹੀਂ ਕਰਦੇ ਕਰਦੀ ਤਾਂ ਸਮਾਜ ਕੀ ਸਮਝਦਾ ਉਸ ਨੂੰ ਜਿਹੜਾ ਕਿ ਆ ਨੈਤਿਕ ਸਮਝਦਾ ਤਾਂ ਇਸ ਤਰੀਕੇ ਨਾਲ ਇੱਕ ਲੜਕਾ ਤੇ ਇੱਕ ਲੜਕੀ ਨੂੰ ਸਮਾਜ ਦੁਆਰਾ ਜੋ ਚੀਜ਼ਾਂ ਬਣਾਈਆਂ ਗਈਆਂ ਉਹਨੂੰ ਫੋਲੋ ਕਰਨਾ ਪੈਂਦਾ ਇਹ ਸ਼ੁਰੂ ਤੋਂ ਹੀ ਪਰੰਪਰਾ ਚੱਲਦੀ ਆ ਰਹੀ ਹੈ ਕਿ ਇੱਕ ਲੜਕੀ ਜਿਹੜੀ ਕਿ ਇਸ ਤਰੀਕੇ ਨਾਲ ਕੰਮ ਕਰੂਗੀ ਇੱਕ ਲੜਕਾ ਜਿਹੜਾ ਕਿ ਇਸ ਤਰੀਕੇ ਨਾਲ ਕੰਮ ਕਰੂਗਾ ਤਾਂ ਉਹਨੂੰ ਕੀ ਕਹਿੰਦੇ ਹੈਗੇ ਜੈਂਡਰ ਸਟੀਰੀਓਟਾਈਪ ਇਹ ਹੁਣ ਜੇ ਆਪਾਂ ਦੇਖਿਆ ਜਾਵੇ ਤਾਂ ਹੁਣ ਦੇ ਟਾਈਮ ਦੇ ਵਿੱਚ ਥੋੜਾ ਜਿਹਾ ਇਹਦੇ ਵਿੱਚ ਚੇਂजेस ਜੜੀ ਆਉਣ ਲੱਗੀ ਹੈ ਕਿਉਂਕਿ ਲੋਕ ਜਿਹੜੇ ਕੀ ਆ ਨਿਊ ਮਾਡਰਨ 에ਰਾ ਆ ਚੁੱਕਿਆ ਹਨਾ ਉਹ ਜ਼ਿਆਦਾ ਐਜੂਕੇਟਿਡ ਹੋ ਗਏ ਇਸ ਚੀਜ਼ਾਂ ਲਈ ਅਵੇਅਰਨੈਸ ਹੋ ਰਹੀ ਹੈ ਹਨਾ ਗਰਲਜ਼ ਜਿਹੜੀਆਂ ਕੀ ਆ ਅੱਗੇ ਹੁਣ ਬॉयਜ਼ ਵਾਲੇ ਕੰਮ ਵੀ ਕਰਨ ਲੱਗ ਗਈਆਂ ਥੋੜਾ ਜਿਹਾ ਉਹਨਾਂ ਨੂੰ ਪ੍ਰੈਫਰੈਂਸ ਦਿੱਤੀ ਗਈ ਹੈ ਜਾਨੀ ਕਿ ਜਿਵੇਂ ਸਪੋਰਟਸ ਐਕਟੀਵਿਟੀਆਂ 'ਚ ਸਭ ਤੋਂ ਅੱਗੇ ਹੈਗੀਆਂ ਹਨਾ ਤਾਂ ਅਸੀਂ ਕਹਿ ਸਕਦੇ ਹਾਂ ਕਿ ਇਹ ਚੀਜ਼ ਥੋੜੀ ਥੋੜੀ ਹੌਲੀ ਹੌਲੀ ਖਤਮ ਹੋ ਰਹੀ ਹੈ ਬਟ ਕਾਫੀ ਸਾਰੇ ਇਹੋ ਜਿਹੇ ਅਜੇ ਵੀ ਬੈਕਵਰਡਸ ਏਰੀਏ ਹੈਗੇ ਜਿੱਥੇ ਜਿਹੜੇ ਕਿ ਲੋਕ ਜ਼ਿਆਦਾ ਪੜੇ ਲਿਖੇ ਨਹੀਂ ਹੈਗੇਗੇ ਤਾਂ ਉਹ ਇਹ ਚੀਜ਼ਾਂ ਨੂੰ ਜਿਹੜਾ ਕੀ ਆ ਪੂਰਾ ਚੀਜ਼ੇ ਫੋਲੋ ਕਰਦੇ ਹੈਗੇ ਜੋ ਉਹ ਉਹਨਾਂ ਦੇ ਰੀਤੀ ਰਿਵਾਜ ਹੁਣ ਤੋਂ ਚੱਲੇ ਆ ਰਹੇ ਆ ਠੀਕ ਆ ਤਾਂ ਅਸੀਂ ਇਹ ਕਹਿ ਸਕਦੇ ਕਿ ਇਹ ਹੁੰਦੀ ਹੈ ਜੈਂਡਰ ਸਟਿਰੀਓਟਾਈਪ ਯਾਨੀ ਕਿ ਜਿਹਨੂੰ ਪੰਜਾਬੀ ਵਿੱਚ ਕਿਹਾ ਜਾਂਦਾ ਲਿੰਗ ਰੂੜੀਵਾਦ ਦੇਖੋ ਹਰੇਕ ਇੱਥੇ ਲਿੰਗ ਲਿੰਗ ਵਾਲਾ ਵਰਡ ਹੈਗਾ ਠੀਕ ਹੈ ਤਾਈਓ ਮੈਂ ਤੁਹਾਨੂੰ ਕਹਿ ਰਹੀ ਆ ਇਹਦੇ ਨਾਲੋਂ ਬੈਟਰ ਹੈਗਾ ਵੀ ਤੁਸੀਂ ਉਲਝੋ ਪੰਜਾਬੀ ਦੇ ਕੁਐਸਚਨ ਨੂੰ ਦੇਖ ਕੇ ਇੰਗਲਿਸ਼ ਵਾਲਾ ਜ਼ਰੂਰ ਯਾਦ ਕਰਨ ਦੀ ਕੋਸ਼ਿਸ਼ ਕਰੋ ਹੁਣ ਤੋਂ ਹੀ ਹੈਬਿਟ ਬਣਾਓ ਕਿ ਜਿੰਨੀ ਵੀ ਪੈਡਾਗੋਜੀ ਆਪਾਂ ਕਰ ਰਹੇ ਆ ਨਾ ਸਾਰੇ ਤੁਸੀਂ ਇੰਗਲਿਸ਼ ਦੇ ਵਿੱਚ ਕਰੋ ਠੀਕ ਹੈ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਤੇ ਵੀਡੀਓ ਨੂੰ ਨਾਲ ਦੇ ਨਾਲ ਲਾਈਕ ਤੇ ਸ਼ੇਅਰ ਤੇ ਮੈਨੂੰ ਕਮੈਂਟਸ ਕਰਕੇ ਜ਼ਰੂਰ ਦੱਸਿਓ ਕਿ ਵੀਡੀਓ ਦਾ ਟੌਪਿਕ ਤੁਹਾਨੂੰ ਕਿਵੇਂ ਲੱਗਾ ਕਿਉਂਕਿ ਇਹ ਬਹੁਤ ਜ਼ਰੂਰੀ ਹੈਗਾ ਠੀਕ ਹੈ ਤਾਂ ਆਹ ਵਾਲਾ ਪੁਆਇੰਟ ਹੁਣ ਆਪਣਾ ਕਲੀਅਰ ਹੋ ਗਿਆ ਇਹ ਕਨਸੈਪਟ ਕਲੀਅਰ ਹੋ ਗਿਆ ਬਹੁਤ ਇੰਪੋਰਟੈਂਟ ਪੁਆਇੰਟ ਸੀ ਇਹ ਨੈਕਸਟ ਆਪਾਂ ਜੇਕਰ ਗੱਲ ਕਰੀਏ ਕਿ ਅਸਲ ਵਿੱਚ ਜਿਹੜੀ ਲਿੰਗ ਰੂੜੀਵਾਦ ਹੈ ਨਾ ਉਹੀ ਲਿੰਗ ਭੇਦ ਯਾਨੀ ਕਿ ਸਮਾਜਿਕ ਪੱਖ ਤੋਂ ਜਿਹੜੀ ਕਿ ਜਨਮ ਲੈਂਦੀ ਹੈ ਜੇਕਰ ਅਸੀਂ ਕਹੀਏ ਕਿ ਡਿਸਕ੍ਰਿਮੀਨੇਸ਼ਨ ਭੇਦ ਭਾਵ ਕੀਤਾ ਜਾਂਦਾ ਹੈ ਨਾ ਜਿਵੇਂ ਕਿ ਹੁਣ ਚੱਲ ਰਿਹਾ ਹੈ ਕਿ ਅਮਰੀਕਾ ਵਾਲੇ ਲੋਕ ਜਿਹੜੇ ਕਿ ਬਹੁਤ ਸਾਰੀਆਂ ਆਪਾਂ ਨੂੰ ਨਿਊਜ਼ ਸੁਣਨ ਨੂੰ ਮਿਲ ਰਹੀਆਂ ਕਿ ਉਹ ਜਿਹੜੇ ਕਿ ਆ ਦੂਸਰੇ ਦੇਸ਼ ਦੇ ਬਲੈਕ ਵਾਲੇ ਜਿਹੜੇ ਲੋਕ ਹੁੰਦੇ ਆ ਜਿਵੇਂ ਕੋਈ ਉਹਨਾਂ ਨਾਲ ਥੋੜਾ ਜਿਹਾ ਭੇਦਭਾਵ ਜਿਹੜਾ ਕਿ ਫੋਰਨ ਦੇ ਵਿੱਚ ਕੀਤਾ ਜਾ ਰਿਹਾ ਨਾ ਬਹੁਤ ਸਾਰੇ ਕੇਸ ਜਿਹੜੇ ਕੀ ਆ ਰੀਸੈਂਟਲੀ ਹੁਣ ਦੇਖਣ ਨੂੰ ਮਿਲੇ ਸੀਗੇ ਨਿਊਜ਼ ਦੇ ਵਿੱਚ ਕੀ ਉਹਨਾਂ ਨੂੰ ਮਾਰ ਦਿੱਤਾ ਗਿਆ ਸੀ ਨਾ ਤਾਂ ਇਸ ਤਰੀਕੇ ਨਾਲ ਜਿਹੜੀ ਕਿ ਨਸਲਵਾਦੀ ਆਪਾਂ ਭੇਦਭਾਵ ਦੀ ਗੱਲ ਕਰੀਏ ਤਾਂ ਉਹ ਕਿੱਥੋਂ ਜਨਮ ਲੈਂਦੀ ਹੈ ਅਸਲ ਵਿੱਚ ਜਿਹੜੀ ਕੀ ਆ ਸਾਡੀ ਸਟੀਰੀਓਟਾਈਪ ਯਾਨੀ ਕਿ ਜੈਂਡਰ ਸਟੀਰੀਓਟਾਈਪ ਹੀ ਸਾਡੀ ਜਿਹੜੀ ਕੀ ਆ ਸੋਸ਼ਲ ਡਿਸਕ੍ਰਿਮੀਨੇਸ਼ਨ ਨੂੰ ਜਿਹੜਾ ਕੀ ਆ ਜਨਮ ਦਿੰਦੀ ਆ ਠੀਕ ਆ ਤਾਂ ਇਸ ਤਰੀਕੇ ਨਾਲ ਤੁਹਾਡੇ ਸਾਹਮਣੇ ਮੈਂ ਐਗਜ਼ਾਮਪਲਾਂ ਲੈ ਕੇ ਵੀ ਤੁਹਾਨੂੰ ਸਮਝਾ ਰਹੀ ਹਾਂ ਤਾਂ ਕਿ ਤੁਹਾਨੂੰ ਇਹ ਟਾਪਿਕ ਕਲੀਅਰ ਹੋ ਸਕੇ ਕਿਉਂਕਿ ਇਹ ਬਹੁਤ ਇੰਪੋਰਟੈਂਟ ਟਾਪਿਕ ਹੈ ਠੀਕ ਹੈ ਉਸ ਤੋਂ ਬਾਅਦ ਹੁਣ ਆ ਪੁਆਇੰਟ ਕਲੀਅਰ ਹੋ ਗਿਆ ਨੈਕਸਟ ਹੈਗਾ ਜੀ ਜੈਂਡਰ ਬਾਇਸਨੈਸ ਮੋਸਟ ਇੰਪੋਰਟੈਂਟ ਪੁਆਇੰਟ ਇਹ ਵੀ ਬਹੁਤ ਇੰਪੋਰਟੈਂਟ ਪੁਆਇੰਟ ਹੈਗੇ ਦੋਵੇਂ ਕਿਉਂਕਿ ਜਦੋਂ ਵੀ ਕੋਈ ਕੁਐਸਚਨ ਪੁੱਛਿਆ ਜਾਊਗਾ ਨਾ ਐਵੇਂ ਉਲਝਾਇਆ ਜਾਂਦਾ ਉਹਦੇ ਵਿੱਚ ਇਹੀ ਕੁਐਸਚਨ ਦੇ ਕਹਿ ਸਕਦੇ ਆ ਵੀ ਆਪਾਂ ਐਮਸੀਕਿਊ ਵਿੱਚ ਆਪਸ਼ਨਸ ਪਾਈ ਜਾਂਦੀ ਕਿ ਜੈਂਡਰ ਸਟਿਰੀਓਟਾਈਪ ਆਸ ਜੈਂਡਰ ਬਾਇਸਨੈਸ ਹਣਾ ਤਾਂ ਦੋਵਾਂ ਵਿੱਚ ਫਰਕ ਪਤਾ ਹੋਣਾ ਚਾਹੀਦਾ ਇਹਦੇ ਬਾਰੇ ਤੁਹਾਨੂੰ ਕਲੀਅਰ ਹੋ ਗਿਆ ਜੈਂਡਰ ਬਾਇਸਨੈਸ ਦਾ ਕੀ ਹੁੰਦਾ ਪੰਜਾਬੀ ਵਿੱਚ ਨੂੰ ਪੱਖਪਾਤ ਕਹਿੰਦੇ ਆ ਦੇਖੋ ਹੁਣ ਇੱਥੇ ਵੀ ਗੱਲ ਉੱਥੇ ਹੀ ਬਟ ਇਥੇ ਡਿਸਕ੍ਰਿਮੀਨੇਸ਼ਨ ਵਾਲਾ ਵਰਡ ਨਹੀਂ ਹੈਗਾਗਾ ਤਾਂ ਅਸੀਂ ਕਹਿ ਸਕਦੇ ਆ ਦੇਖੋ ਕਿੰਨਾ ਉਲਝਣ ਵਾਲਾ ਟਾਪਿਕ ਹੈਗਾ ਇਹ ਬਟ ਜੇਕਰ ਆਪਾਂ ਧਿਆਨ ਨਾਲ ਇਹਨੂੰ ਸਮਝੀਏ ਤਾਂ ਇਹਦੇ ਵਿੱਚ ਹੈ ਕੁਝ ਵੀ ਨਹੀਂ ਠੀਕ ਹੈ ਹੁਣ ਦੇਖੋ ਪੱਖਪਾਤ ਕੀ ਹੈ ਪੱਖਪਾਤ ਕਿਸੇ ਵੀ ਵਸਤੂ ਵਿਅਕਤੀ ਜਾਂ ਸਮੂਹ ਲਈ ਠੀਕ ਹੈ ਤਿਰਸ਼ਾ ਜਾਂ ਪਖਵਤੀ رائے ਰੱਖਣ ਨੂੰ ਕਿਹਾ ਗਿਆ ਹੈ ਹਨ ਇਹ ਪੋਜ਼ਿਟਿਵ ਵੀ ਹੋ ਸਕਦਾ ਇਹਦਾ ਇਫੈਕਟ ਪੈ ਸਕਦਾ ਤੇ 네ਗਟਿਵ ਵੀ ਪੈ ਸਕਦਾ ਦੇਖੋ ਜੈਂਡਰ ਬਾਇਸਨੈਸ ਜੇਕਰ ਮੈਂ ਸਧਾਰਨ ਸ਼ਬਦਾ ਦੇ ਵਿੱਚ ਕਹਾਂ ਜੈਂਡਰ ਬਾਇਸਨੈਸ ਉਹ ਹੁੰਦੀ ਹੈ ਜਦੋਂ ਆਪਾਂ ਕਿਸੇ ਇੱਕ ਚੀਜ਼ ਵੱਲ ਜਿਆਦਾ ਆਪਣਾ ਝੁਕਾਅ ਦਿਨੇ ਆ ਠੀਕ ਹੈ ਮੋਸਟਲੀ ਕਈ ਵਾਰ ਦੇਖਿਆ ਜਾਂਦਾ ਹੈ ਕਿ ਕਲਾਸ ਦੇ ਵਿੱਚ ਟੀਚਰ ਕੀ ਕਰਦੇ ਕਿਉਂਕਿ ਆਪਾਂ ਪੈਡਾਗੋਜੀ ਪੜ ਰਹੇ ਹਾਂ ਨਾ ਇੱਕ ਵਧੀਆ ਇੱਕ ਟੀਚਰ ਬੰਨਾ ਹੈਗਾ ਬਟ ਟੀਚਰ ਕੀ ਕਰਦੇ ਆ ਜ਼ਿਆਦਾਤਰ ਜਿਵੇਂ ਜੇਕਰ ਜੈਂਸ ਟੀਚਰ ਹੋਊਗਾ ਤਾਂ ਉਹ ਜ਼ਿਆਦਾ ਬॉयਜ਼ ਨੂੰ ਪ੍ਰੇਫਰੈਂਸ ਦਿੰਦਾ ਹੈ ਹਨਾ ਉਹਨਾਂ ਨੂੰ ਸਭ ਤੋਂ ਪਹਿਲ ਅੱਗੇ ਰੱਖਦਾ ਤੇ ਜੇਕਰ ਆਪਾਂ ਕਹੀਏ ਕਿ ਇੱਕ ਲੇਡੀਜ਼ ਟੀਚਰ ਹੈਗੀ ਹੈ ਤਾਂ ਉਹ ਜਿਹੜੀ ਕਿ ਗਰਲਜ਼ ਨੂੰ ਪ੍ਰੇਫਰੈਂਸ ਦਿੰਦੀ ਹੈ ਜਾਣੀ ਕਿ ਕਿਸੇ ਇੱਕ ਚੀਜ਼ ਵੱਲ ਜ਼ਿਆਦਾ ਝੁਕਾਅ ਕਰ ਲੈਂਦਾ ਦੋਨਾਂ ਚੀਜ਼ਾਂ ਦੇ ਵਿੱਚ ਬੈਲੈਂਸ ਨਹੀਂ ਬਣਾ ਕੇ ਚੱਲਣਾ ਠੀਕ ਹੈ ਬਚਾਣੇ ਕੀ ਸਮਝ ਕੇ ਚੱਲੋ ਕਿ ਜਿਵੇਂ ਅੱਜ ਕੱਲ ਦੀ ਸੋਚ ਇਹ ਹੈ ਕਿ ਦੋਵੇਂ ਮੁੰਡੇ ਕੁੜੀ ਵਿੱਚ ਕੋਈ ਫਰਕ ਨਹੀਂ ਹੁੰਦਾ ਦੋਵੇਂ ਅੱਜ ਕੱਲ ਬਰਾਬਰ ਹੁੰਦੇ ਆ ਹਨ ਤਾਂ ਇਸ ਤਰੀਕੇ ਨੂੰ ਜੇਕਰ ਆਪਾਂ ਕਹੀਏ ਵੀ ਇੱਕ ਪਾਸੇ ਝੁਕਾਅ ਹੋਵੇ ਜ਼ਿਆਦਾ ਮੁੰਡਿਆਂ ਨੂੰ ਪ੍ਰੈਫਰੈਂਸ ਦਿੱਤੀ ਜਾਵੇ ਕੁੜੀਆਂ ਨੂੰ ਨਾ ਦਿੱਤੀ ਜਾਵੇ ਜਾਂ ਜ਼ਿਆਦਾ ਕੁੜੀਆਂ ਨੂੰ ਪ੍ਰੈਫਰੈਂਸ ਦਿੱਤੀ ਜਾਵੇ ਮੁੰਡਿਆਂ ਨੂੰ ਨਾ ਦਿੱਤੀ ਜਾਵੇ ਇੱਕ ਵਾਲੇ ਪਾਸੇ ਜ਼ਿਆਦਾ ਪੱਲੜਾ ਭਾਰੀ ਹੋਵੇ ਯਾਨੀ ਕਿ ਇੱਕ ਪਾਸੇ ਜ਼ਿਆਦਾ ਪ੍ਰੈਫਰੈਂਸ ਦਿੱਤੀ ਜਾਵੇ ਤਾਂ ਉਹਨੂੰ ਕੀ ਕਹਿੰਦੇ ਜੈਂਡਰ ਬਾਇਸਨੈਸ ਹੁਣ ਤੁਹਾਨੂੰ ਇਹ ਦੋਵੇਂ ਵਰਡਸ ਦੇ ਵਿੱਚ ਜਿਹੜਾ ਕਿ ਇਹ डिफरेंस क्लीयर हो चुकया होगा कि जेंडर स्टीरियोटाइप की है तो जेंडर बाइसनेस की है क्योंकि बहुत ही ज़्यादा इंपोर्टेंट आाइयों मैं इन्नी बार बोल रही हूँ ठीक है, है आप ਟੈਟ ਕਲੀਅਰ ਕਰਨ ਲਈ ਟੈਟੋ ਚ ਵਧੀਆ ਨੰਬਰ ਲੈਣ ਵਾਸਤੇ ਸਾਡੇ ਲਈ ਇੱਕ ਇੱਕਾ ਪੁਆਇੰਟ ਜਾਨੀ ਕਿ ਇੱਕ ਇੱਕ ਕੁਐਸਚਨ ਸਾਡਾ ਰਾਈਟ ਹੋਣਾ ਚਾਹੀਦਾ ਜੇਕਰ ਤੁਸੀਂ ਪੈਡਾਗੋਜੀ ਦੀ ਪੂਰੀ ਇਸੇ ਤਰੀਕੇ ਨਾਲ ਤਿਆਰੀ ਕਰੋ ਤਾਂ ਤੁਸੀਂ 30 ਚ 30 ਆਰਾਮ ਨਾਲ ਲੈ ਸਕਦੇ ਹੋ ਇਹਦੇ ਵਿੱਚ ਕੋਈ ਉਹ ਡਾਊਟ ਵਾਲੀ ਗੱਲ ਨਹੀਂ ਹੈਗੀ ਠੀਕ ਹੈ ਬਸ ਕਨਸੈਪਟ ਜਿਹੜੇ ਕਲੀਅਰ ਕਰਨੇ ਆ ਠੀਕ ਹੈ ਤਾਂ ਅੱਜ ਦਾ ਜਿਹੜਾ ਟਾਪਿਕ ਦੇ ਵਿੱਚ ਆਪਾਂ ਇਹ ਵਾਲੇ ਜਿਹੜੇ ਹੁਣ ਪੁਆਇੰਟ ਇੰਪੋਰਟੈਂਟ ਵਾਲੇ ਡਿਸਕਸ ਕਰ ਲਏ ਇਸ ਤੋਂ ਬਾਅਦ ਜਿਹੜਾ ਕਿ ਆਪਾਂ ਇਸ ਚੀਜ਼ ਦੇਖਾਂਗੇ ਸਾਡੀ ਐਜੂਕੇਸ਼ਨ ਦੇ ਉੱਪਰ ਜਿਹੜਾ ਕੀ ਆ ਕੀ ਇਫੈਕਟ ਪਾਉਂਦੀ ਹੈਗੀ ਆ ਆ ਚੀਜ਼ ਨੈਕਸਟ ਆਪਣਾ ਆ ਗਿਆ ਜੀ ਜੋ ਕਿ ਇੰਪੋਰਟੈਂਟ ਹੈਗਾ ਕਿ এডੂਕੇਸ਼ਨ ਇਮਪਲੀਕੇਸ਼ਨ ਦੇ ਉੱਤੇ ਇਸ ਚੀਜ਼ ਦਾ ਕੀ ਇਫੈਕਟ ਪੰਦਾ ਹੈ ਠੀਕ ਹੈ ਸਭ ਤੋਂ ਪਹਿਲਾ ਹੈ ਗਿਆ ਨਿਊਟਰਲ ਭਾਸ਼ਾ ਜਾਨੀ ਕਿ ਨਿਰਪੱਖ ਪੰਜਾਬੀ ਦੇ ਵਿੱਚ ਇਹਨੂੰ ਕਹਿੰਦੇ ਆ ਉਹ ਭਾਸ਼ਾ ਜੋ ਕਿਸੇ ਵੱਲ ਝੁਕੀ ਨਾ ਹੋਵੇ ਜਾਨੀ ਕਿ ਇੱਕ ਸਪੈਸੀਫਿਕ ਲੈਂਗੁਏਜ ਜਿਹੜੀ ਕਿ ਨਾ ਯੂਜ਼ ਕੀਤੀ ਜਾਵੇ ਠੀਕ ਹੈ ਮਤਲਬ ਇੱਕ ਖਾਸ ਲੈਂਗੁਏਜ ਨੂੰ ਹੀ ਜਾਨੀ ਕਿ ਇੱਕ ਹੀ ਲੈਂਗੁਏਜ ਨੂੰ ਪ੍ਰੈਫਰੈਂਸ ਨਾ ਦਿੱਤੀ ਜਾਵੇ ਲੈਂਗੁਏਜ ਜਦੋਂ ਵੀ ਐਜ਼ ਅ ਟੀਚਰ ਤੁਸੀਂ ਪੜਾਉਣੀ ਆ ਨਿਊਟਰਲ ਹੋਵੇ ਠੀਕ ਹੈ ਉਹਦੇ ਵਿੱਚ ਤੁਹਾਡੀ ਮਦਰ ਲੈਂਗੁਏਜ ਵੀ ਹੋਣੀ ਚਾਹੀਦੀ ਹੈ ਮਦਰ ਟਾਂਗ ਹੋਣੀ ਚਾਹੀਦੀ ਹੈ ਠੀਕ ਹੈ ਤੇ ਸਾਰੇ ਤਰ੍ਹਾਂ ਦੀਆਂ ਲੈਂਗੁਏਜ ਜਿਹੜੀਆਂ ਯੂਜ਼ ਕੀਤੀਆਂ ਜਾਂ ਜਾਣ ਜੇਕਰ ਮੈਂ ਇਹ ਗੱਲ ਕਹਾਂ ਕਿ ਮੈਂ ਸਿਰਫ ਇੱਥੇ ਫੋਰ ਐਗਜ਼ਾਮਪਲ ਦਵਾਂ ਕਿ ਮੈਂ ਪੈਡਾਗੋਜੀ ਦੇ ਵਿੱਚ ਸਿਰਫ ਤੁਹਾਨੂੰ ਇੰਗਲਿਸ਼ ਹੀ ਕਰਵਾਈ ਜਾਵਾਂ ਤੇ ਪੰਜਾਬੀ ਦਾ ਮੈਂ ਕੋਈ ਵੀ ਵਰਡ ਨਾ ਯੂਜ਼ ਕਰਾਂ ਇਹਦਾ ਮਤਲਬ ਕੀ ਹੈ ਕਿ ਮੈਂ ਨਿਊਟਰਲ ਲੈਂਗੁਏਜ ਯੂਜ਼ ਨਹੀਂ ਕਰ ਰਹੀ ਮੈਂ ਜ਼ਿਆਦਾ ਪ੍ਰੈਫਰੈਂਸ ਕਿਨੂੰ ਕਰ ਰਹੀ ਹਾਂ ਇੰਗਲਿਸ਼ ਨੂੰ ਜ਼ਿਆਦਾ ਯੂਜ਼ ਕਰ ਰਹੀ ਹਾਂ ਬਟ ਨਹੀਂ ਹਰੇਕ ਕਿਉਂਕਿ ਉੱਥੇ ਜਿਹੜਾ ਕੀ ਇਹ ਕਲਾਸ ਦੇ ਵਿੱਚ ਜਦੋਂ ਤੁਸੀਂ ਐਜ਼ ਅ ਟੀਚਰ ਪੜ੍ਹਾਉਂਦੇ ਆ ਤਾਂ ਉੱਥੇ ਬਹੁਤ ਤਰ੍ਹਾਂ ਦੇ ਬੱਚੇ ਆਂਦੇ ਆ ਹਰੇਕ ਬੱਚੇ ਦੀ ਭਾਸ਼ਾ ਜਿਹੜੀ ਕਿ ਅਲੱਗ-ਅਲੱਗ ਹੁੰਦੀ ਆ ਤਾਂ ਉਹੋ ਜੀ ਹਮੇਸ਼ਾ ਜਿਹੜੀ ਕਿ ਮਦਰ ਟੰਗ ਨੂੰ ਯੂਜ਼ ਕੀਤਾ ਜਾਂਦਾ ਤਾਂ ਕਿ ਬੱਚੇ ਜਿਹੜੇ ਕਿ ਈਜ਼ੀਲੀ ਸਮਝ ਸਕਣ ਠੀਕ ਆ ਤਾਂ ਅਸੀਂ ਕਹਿ ਸਕਦੇ ਹੈਗੇ ਆ ਕਿ ਲੈਂਗੁਏਜ ਐਜੂਕੇਸ਼ਨ ਇੰਪਲੀਕੇਸ਼ਨ ਵਿੱਚ ਕਿਵੇਂ ਦੀ ਹੋਣੀ ਚਾਹੀਦੀ ਹੈ ਨਿਊਟਰਲ ਹੋਣੀ ਚਾਹੀਦੀ ਹੈ ਜਾਨੀ ਕਿ ਭਾਸ਼ਾ ਜੋ ਕਿਸੇ ਵੱਲ ਝੁਕੀ ਨਾ ਹੋਵੇ ਜਾਂ ਕਿ ਸਪੈਸੀਫਿਕ ਲੈਂਗੁਏਜ ਜਿਹੜੀ ਕਿ ਨਾਲ ਯੂਜ਼ ਕੀਤੀ ਜਾਵੇ ਹਰ ਤਰ੍ਹਾਂ ਦੀ ਲੈਂਗੁਏਜ ਜਿਹੜੀ ਕਿ ਯੂਜ਼ ਕੀਤੀ ਜਾਵੇ ਤਾਂ ਕਿ ਈਜ਼ੀਲੀ ਬੱਚੇ ਨੂੰ ਸਮਝ ਆ ਸਕੇ ਜੇਕਰ ਅੱਗੇ ਗੱਲ ਕਰੀਏ ਇਕੁਅਲ ਓਪਰਚ्युनिटीज ਠੀਕ ਹੈ ਚਾਹੇ ਉਹ ਬॉयਜ਼ ਹੋਣ ਠੀਕ ਹੈ ਐਂਡ ਚਾਹੇ ਉਹ ਗਰਲਜ਼ ਹੋਣ ਠੀਕ ਹੈ ਦੋਵਾਂ ਨੂੰ ਜਿਹੜੇ ਕਿ ਇਹ ਬਰਾਬਰ ਮੌਕੇ ਦਿੱਤੇ ਜਾਣੇ ਚਾਹੀਦੇ ਆ ਕੋਈ ਵੀ ਕੰਮ ਕਰਨ ਲਈ ਚਾਹੇ ਉਹ სპੋਰਟਸ ਹੋਵੇ ਕਿਸੇ ਵੀ ਕੋਈ ਵੀ ਐਕਟੀਵਿਟੀ ਹੋਵੇ ਦੋਵਾਂ ਨੂੰ ਬਰਾਬਰ ਮੌਕੇ ਦਿੱਤੇ ਜਾਣ ਤਾਂ ਐਸ ਅ ਟੀਚਰ ਤੁਸੀਂ ਐਜੂਕੇਸ਼ਨ ਇੰਪਲੀਕੇਸ਼ਨ ਵਿੱਚ ਇਹਨੂੰ ਸ਼ਾਮਿਲ ਕਰ ਸਕਦੇ ਹੋ ਕਿ ਇਕੁਅਲ ਓਪਰਚ्युनिटीज ਜਿਹੜੀ ਕਿ ਹੋਣੀ ਜ਼ਰੂਰੀ ਆ ਨੈਕਸਟ ਜੇਕਰ ਗੱਲ ਕੀਤੀ ਜਾਵੇ ਜੈਂਡਰ ਡਿਫਰੈਂਸ ਠੀਕ ਹੈ ਕੋਈ ਵੀ ਜਿਹੜਾ ਕਿ ਇਹ ਬਿਨਾ ਭੇਦਭਾਵ ਕੀਤੇ ਤੁਸੀਂ ਉਹਨਾਂ ਨਾਲ ਜਿਹੜਾ ਕਿ ਉਹਨਾਂ ਨੂੰ ਟੀਚ ਕਰ ਸਕਦੇ ਹੋ ਕੋਈ ਵੀ ਜੈਂਡਰ ਡਿਫਰੈਂਸ ਬਾਰੇ ਗੱਲ ਨਾ ਕੀਤੀ ਜਾਵੇ ਉਹਨਾਂ ਨਾਲ ਕੋਈ ਭੇਦਭਾਵ ਨਾ ਕੀਤਾ ਤਾਂ ਵੀ ਤਾਂ ਅਸੀਂ ਕਹਿ ਸਕਦੇ ਹਾਂ ਕਿ ਇਸ ਚੀਜ਼ ਦਾ ਵੀ ਖਿਆਸ ਤੁਸੀਂ ਰੱਖਣਾ ਠੀਕ ਹੈ ਨੈਕਸਟ ਜੇਕਰ ਗੱਲ ਕੀਤੀ ਹੈ ਬੁਕਸ ਬੁਕਸ ਇਹਦੇ ਵਿੱਚ ਇੰਪੋਰਟੈਂਟ ਹੈਗਾ ਸਾਡਾ ਕਰੀਕੂਲਮ ਸਾਡੀ ਐਜੂਕੇਸ਼ਨ ਵਿੱਚ ਬੁਕਸ ਇਹੋ ਜਿਹੀਆਂ ਹੋਣੀਆਂ ਚਾਹੀਦੀਆਂ ਜਿਹੜੀਆਂ ਕਿ ਸਾਡੇ ਕੀ ਹੈ ਡਿਸਕ੍ਰਿਮੀਨੇਸ਼ਨ ਯਾਨੀ ਕਿ ਭੇਦਭਾਵ ਜਾਂ ਕੋਈ ਵੀ ਇਹੋ ਜਿਹੀ ਚੀਜ਼ ਜਾਂ ਜੈਂਡਰ ਬਾਇਸਨੈਸ ਵਾਲੀਆਂ ਚੀਜ਼ਾਂ ਨਾ ਸ਼ੋਅ ਕਰੇ ਤਾਂ ਬੁਕਸ ਜਿਹੜੀਆਂ ਕਿ ਇਸ ਤਰੀਕੇ ਨਾਲ ਬਣੀਆਂ ਹੋਣੀਆਂ ਚਾਹੀਦੀਆਂ ਜਿਦੇ ਵਿੱਚ ਬੱਚਾ ਜਿਹੜਾ ਕੀ ਹੈ ਥੋੜਾ ਜਿਹਾ ਅਵੇਅਰ ਹੋਵੇ ਇਸ ਚੀਜ਼ ਲਈ ਉਹ ਵੀ ਕਿਸੇ ਵਿੱਚ ਕੋਈ ਫਰਕ ਨਾ ਦਿਖਾਇਆ ਜਾਵੇ ਤਾਂ ਵੀ ਇਹਦਾ ਭਾਵ ਉਹਦੇ ਵਿੱਚ ਖਤਮ ਕੀਤਾ ਜਾਵੇ ਤਾਂ ਅਸੀਂ ਇਹ ਚੀਜ਼ ਕਵਾਂਗੇ ਕਿ ਬੁਕਸ ਵੀ ਇਹਦੇ ਵਿੱਚ ਇਨਕਲੂਡ ਹੁੰਦੀਆਂ ਨੈਕਸਟ ਆਹ ਵਾਲਾ ਪੁਆਇੰਟ ਜਿਹੜਾ ਕਿ ਇਹ ਵੀ ਬਹੁਤ ਇੰਪੋਰਟੈਂਟ ਹੈਗਾ ਇੱਕ ਵਾਰੀ ਇਹਦੇ ਉੱਤੇ ਵੀ ਜਿਹੜਾ ਕਿ ਕੁਐਸਚਨ ਆ ਚੁੱਕਿਆ ਇਕਵੈਲਿਟੀ ਯਾਨੀ ਕਿ ਸਮਾਨਤਾ ਕਿਉਂ ਕਿਉਂਕਿ ਇਹਦੇ ਵਿੱਚ ਇਹ ਦਿੱਤਾ ਗਿਆ ਹੈ ਕਿ ਹਰੇਕ ਨੂੰ ਜਿਹੜਾ ਕਿ ਚਾਹੇ ਉਹ ਬॉयਜ਼ ਹੋਣ ਠੀਕ ਹੈ ਚਾਹੇ ਉਹ ਗਰਲਜ਼ ਹੋਣ ਕੋਈ ਵੀ ਪਰਸਨ ਹੋਵੇ ਉਹਨਾਂ ਨੂੰ ਜਿਹੜਾ ਕਿ ਬਰਾਬਰ ਮੌਕੇ ਦਿੱਤੇ ਜਾਣ ਕਿਸੇ ਵੀ ਕੰਮ ਲਈ ਠੀਕ ਹੈ oportunity ਜਿੱਤੀਆਂ ਜਾਣ ਉਹਨਾਂ ਨੂੰ ਕੋਈ ਕੰਮ ਕਰਨ ਲਈ ਕਿਸੇ ਨਾਲ ਕੋਈ ਭੇਦ ਭਾਵਨਾ ਕੀਤਾ ਜਾਵੇ ਤਾਂ ਇਕਵੈਲਟੀ ਜਿਹੜੀ ਕਿ ਇਹ ਗੱਲ ਕੀਤੀ ਗਈ ਹੈ ਠੀਕ ਹੈ ਤਾਂ ਇਸ ਤਰੀਕੇ ਨਾਲ ਇੱਕ ਸਟੇਟਮੈਂਟ ਸੌਰੀ ਇੱਕ ਕੁਐਸਚਨ ਵੀ ਆ ਗਿਆ ਸੀਗਾ ਕਿ ਉਹਦੇ सीटेट ਦੇ ਇਗਜ਼ਾਮ ਦੇ ਵਿੱਚ ਇੱਕ ਕੁਐਸਚਨ ਆਇਆ ਸੀਗਾ ਕਿ ਜਿਹੜੀ ਲੇਡੀ ਹੈਗੀ ਆ ਉਹ ਘਰ ਦੇ ਬਾਹਰ ਆਫਿਸ ਦਾ ਕੰਮ ਕਰ ਰਹੀ ਹੈ ਤਾਂ ਜਿਹੜਾ ਇੱਕ ਪਰਸਨ ਉਹਦੇ ਵਿੱਚ ਐਗਜ਼ਾਮਪਲ ਪਾ ਕੇ ਦੱਸਿਆ ਹੋਇਆ ਸੀ ਕਿਉਂ ਘਰੇ ਕੁਕਿੰਗ ਕਰ ਰਿਹਾ ਤਾਂ ਇਹ ਕੀ ਚੀਜ਼ ਆ ਮਾਡਰਨ ਜੇਕਰ ਥਿੰਕਿੰਗ ਦੇ ਅਕੋਰਡਿੰਗ ਦੇਖਿਆ ਜਾਵੇ ਤਾਂ ਇੱਕ ਇਕਵੈਲਟੀ ਯਾਨੀ ਕਿ ਸ਼ੋ ਕਰਦਾ ਹੈਗਾ ਕਿ ਦੋਵਾਂ ਵਿੱਚ ਸਮਾਨਤਾ ਹੈਗੀ ਆ ਅਸੀਂ ਇਹ ਨਹੀਂ ਕਹਿ ਸਕਦੇ ਕਿ ਕੱਲੇ ਜੈਂਸ ਹੀ ਜਿਹੜਾ ਕਿ ਘਰ ਦਾ ਕੰਮ ਕਰਨਗੇ ਤੇ ਲੇਡੀਜ਼ ਜਿਹੜੀਆਂ ਘਰ ਦਾ ਕੰਮ ਨਹੀਂ ਕਰਨਗੀਆਂ ਲੇਡੀਜ਼ ਵੀ ਘਰ ਦਾ ਕੰਮ ਕਰ ਸਕਦੀਆਂ ਤੇ ਇਹ ਇੱਕ ਕੀ ਹੈ ਮਾਡਰਨ ਥਿੰਕਿੰਗ ਹੈਗੀ ਆ ਅੱਜ ਦੀ ਤਾਂ ਅਸੀਂ ਇਹ ਕਹਿ ਸਕਦੇ ਕਿ ਉੱਥੇ ਆਪਸ਼ਨਸ ਦੇ ਵਿੱਚ ਦਿੱਤਾ ਗਿਆ ਸੀਗਾ ਤਾਂ ਉੱਥੇ ਤੁਸੀਂ ਇਕਵੈਲਿਟੀ ਸਮਾਨਤਾ ਨੂੰ ਹੀ ਟਿਕ ਕਰੋਗੇ ਠੀਕ ਹੈ ਤਾਂ ਅੱਗੇ ਨੈਕਸਟ ਆਪਾਂ ਜਿਹੜਾ ਕਿ ਆਪਣਾ ਸਾਰੇ ਟਾਪਿਕ ਦੇ ਵਿੱਚ ਜਿਹੜਾ ਕੁਝ ਕਰ ਚੁੱਕੇ ਆ ਉਹਦਾ ਆਪਾਂ ਅੱਗੇ ਨੈਕਸਟ ਪੁਆਇੰਟ ਡਿਸਕਸ ਕਰਾਂਗੇ ਇੱਕ ਹੀ ਵਰਡ ਦੇ ਵਿੱਚ ਯਾਨੀ ਕਿ ਜੋ ਕੁਝ ਹੁਣ ਆਪਾਂ ਕੀਤਾ ਹੈਗਾ ਉਹਨੂੰ ਡਿਟੇਲ ਦੇ ਵਿੱਚ ਸਿਰਫ ਇੱਕ ਹੀ ਓਵਰਆਲ ਜਿਹੜਾ ਕਿ ਡਿਸਕਸ ਕਰਾਂਗੇ ਨੈਕਸਟ ਆਪਣਾ ਹੈਗਾ ਜੀ ਜੇਕਰ ਆਪਾਂ ਪੂਰੇ ਟੌਪਿਕ ਦਾ ਓਵਰਆਲ ਦੇਖੀ ਤੇਨੂੰ ਇੱਕ ਸ਼ਾਰਟ ਟ੍ਰਿਕ ਦੇ ਰਾਹੀਂ ਕਿਵੇਂ ਤੁਸੀਂ ਇਹ ਪੂਰੇ ਟੌਪਿਕ ਨੂੰ ਜਾਂ ਇਹਦੇ ਪੁਆਇੰਟਸ ਨੂੰ ਕਿਵੇਂ ਜਿਹੜਾ ਕਿ ਇਹ ਡਿਫਰੈਂਸ ਵੀ ਕਲੀਅਰ ਕਰ ਸਕਦੇ ਹੋ ਤੇ ਕਿਸ ਤਰੀਕੇ ਨਾਲ ਇਹਨੂੰ ਆਪਣੇ ਮਾਈਂਡ ਦੇ ਵਿੱਚ ਜਿਹੜਾ ਕਿ ਰੱਖ ਸਕਦੇ ਹੋ ਹੈਗੇ ਆ ਦੇ ਪੇਪਰ ਦੇ ਨੇੜੇ ਕਿਵੇਂ ਇਹਦੀ ਜਿਹੜੀ ਕਿ ਸ਼ਾਰਟ ਦੇ ਜਲਦੀ ਜੇਕਰ ਤਿਆਰੀ ਕਰਨੀ ਹੈ ਤੇ 1 ਮਿੰਟ ਵਿੱਚ ਇਹਨੂੰ ਜਿਹੜਾ ਕਿ ਕਿਵੇਂ ਯਾਦ ਕਰ ਸਕਦੇ ਆ ਤਾਂ ਹੀ ਉਹ ਇਸ ਕਰਕੇ ਕਹਿੰਨੀ ਆ ਤੁਹਾਨੂੰ ਪਤਾ ਹੁੰਦਾ ਹੈ ਕਿ ਕਈ ਵਾਰ ਮੈਂ ਵੀਡੀਓ ਦੇ ਲਾਸਟ ਵਿੱਚ ਜਿਹੜਾ ਕੀ ਆ ਟਾਪਿਕ ਨੂੰ ਜਿਹੜਾ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦਾ ਉਹਦੀ ਸਪੈਸ਼ਲੀ ਇੱਕ ਸ਼ਾਰਟ ਟ੍ਰਿਕ ਲੈ ਕੇ ਆਣੀ ਹੁੰਦੀ ਆ ਤਾਂ ਯੋ ਇਸ ਕਰਕੇ ਮੈਂ ਤੁਹਾਨੂੰ ਕਿਹਾ ਕਿ ਵੀਡੀਓ ਨੂੰ ਜਿਹੜਾ ਕੀ ਹੈ ਪੂਰਾ ਐਂਡ ਤੱਕ ਵਾਚ ਕਰਿਆ ਕਰੋ ਠੀਕ ਹੈ ਸਭ ਤੋਂ ਪਹਿਲਾਂ ਇਹਨੂੰ ਕਿਵੇਂ ਯਾਦ ਕਰ ਸਕਦੇ ਇਹਨਾਂ ਪੁਆਇੰਟਸ ਨੂੰ ਦੇਖੋ ਸਭ ਤੋਂ ਪਹਿਲਾਂ ਇੱਕ ਜੇਕਰ ਆਪਾਂ ਸੋਚੀਏ ਕਿ ਬੱਚਾ ਜਿਹੜਾ ਕੀ ਹੈ ਸਮਾਜ ਦੇ ਵਿੱਚ ਇੱਕ ਆਇਡੈਂਟੀਟੀ ਪਛਾਣ ਬਣਾਉਂਦਾ ਕੀ ਬਣਾਉਂਦਾ ਪਛਾਣ ਬਣਾਉਂਦਾ ਠੀਕ ਹੈ ਤਾਂ ਸਭ ਤੋਂ ਪਹਿਲਾਂ ਇਹ ਸੋਚ ਲਓ ਕਿ ਸਭ ਤੋਂ ਪਹਿਲਾਂ ਹੁੰਦੀ ਜੈਂਡਰ ਆਇਡੈਂਟੀਟੀ ਉਸ ਤੋਂ ਬਾਅਦ ਹੁੰਦਾ ਜੈਂਡਰ ਰੋਲ ਯਾਨੀ ਕਿ ਸਮਾਜ ਦੁਆਰਾ ਜਿਹੜੇ ਸਾਡੇ ਕੰਮ ਹੁੰਦੇ ਆ ਜੋ ਅਸੀਂ ਕਰਨੇ ਹੁੰਦੇ ਆ ਠੀਕ ਹੈ ਉਹ ਫਿਰ ਅਸੀਂ ਕੀ ਕਰਦੇ ਹੈਗੇ ਆ ਉਹ ਚੀਜ਼ਾਂ ਆਪਣੀ ਭੂਮਿਕਾ ਨਿਭਾਉਣੇ ਆ ਸਮਾਜ ਦੇ ਵਿੱਚ ਜਿਵੇਂ ਕਿ ਇਹ ਐਸ ਆ ਲੜਕੀ ਕੀ ਭੂਮਿਕਾ ਹੋਗੀ ਤੇ ਇੱਕ ਲੜਕੇ ਦੀ ਕੀ ਭੂਮਿਕਾ ਹੋਗੀ ਉਹ ਹੈ ਜੈਂਡਰ ਰੋਲ ਜੇਕਰ ਉਸ ਤੋਂ ਬਾਅਦ ਗੱਲ ਕਰੀਏ ਜੈਂਡਰ ਸਟੀਰੀਓਟਾਈਪ ਯਾਨੀ ਕਿ ਰੂੜੀਵਾਦੀ ਸੋਚ ਹਨ ਤਾਂ ਇਹ ਵੀ ਜਿਹੜੀ ਕਿ ਇਹ ਸ਼ੁਰੂ ਦੇ ਵਿੱਚ ਜੋ ਸਾਡੀ ਸੰਸਕ੍ਰਿਤੀ ਆ ਜੋ ਸਾਡੀ ਪਰੰਪਰਾਵਾਂ ਜਾਂ ਜੋ ਵੀ ਸਾਡੀ ਸਮਾਜ ਦੁਆਰਾ ਜਿਹੜੇ ਵੀ ਸਾਡੇ ਵਿੱਚ ਬਣੀ ਹੋਈ ਹੈਗੀ ਆ ਹਨਾ ਉਸ ਚੀਜ਼ ਨੂੰ ਅਸੀਂ ਫੋਲੋ ਕਰਦੇ ਆ ਹਨਾ ਜਿਵੇਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੱਤੀ ਸੀ ਕਿ ਲੜਕੀ ਵਿਆਹ ਤੋਂ ਬਾਅਦ ਲੜਕੇ ਘਰੇ ਜਾਂਦੇ ਆ ਹਨਾ ਤਾਂ ਇਹ ਇੱਕ ਜਿਹੜੀ ਕੀ ਇਹ ਰੂੜੀਵਾਦੀ ਸੋਚ ਜਾਂ ਸਟੀਰੀਓਟਾਈਪ ਹੈਗੀ ਆ ਠੀਕ ਹੈ ਸਟੀਰੀਓਟਾਈਪ ਕਿ ਪੈਦਾ ਕਿਵੇਂ ਹੁੰਦੀ ਆ ਪੈਦਾ ਹੁੰਦੀ ਆ ਬੇਸਿਸ ਆਫ ਇਨਕਵੈਲਿਟੀਆਂ ਇਨਕਵੈਲਿਟੀਆਂ ਉਹ ਹੁੰਦੀ ਆ ਅਸਮਾਨਤਾਵਾਂ ਠੀਕ ਹੈ ਜਿਵੇਂ ਇਹ ਕਿਵੇਂ ਹੋ ਸਕਦੀ ਹੈ ਡਿਫਰੈਂਸ ਆਫ ਕਾਸਟ ਠੀਕ ਹੈ ਅਲੱਗ-ਅਲੱਗ ਹਰੇਕ ਪਰਸਨ ਦੀ ਕਾਸਟ ਲੱਗਾ ਕਿਸੇ ਦੀ ਇੱਕ ਸੇਮ ਨਹੀਂ ਹੈਗੀ ਤਾਂ ਇਹ ਵੀ ਚੀਜ਼ ਪੈਦਾ ਕਰਦੀ ਹੈਗੀ ਡਿਫਰੈਂਸ ਸੈਕਸ ਠੀਕ ਹੈ ਡਿਫਰੈਂਟ ਇਕਨੋਮਿਕ ਸਟੇਟਸ ਡਿਫਰੈਂਟ ਪਰਸਨੈਲਿਟੀ ਤਾਂ ਅਸੀਂ ਕਹਿ ਸਕਦੇ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕੀ ਆ ਇੱਕ ਜੈਂਡਰ ਸਟੀਰੀਓਟਾਈਪ ਤਾਂ ਆਪਾਂ ਜਿਹੜਾ ਕੀ ਆ ਉਹ ਸ਼ੁਰੂ ਤੋਂ ਹੀ ਜਿਹੜਾ ਕੀ ਥੋੜੀ-ਮੋਟੀ ਰੂੜੀਵਾਦੀ ਸੋਚ ਉਹ ਪਰੰਪਰਾ ਉਹਨਾਂ ਨੂੰ ਫੋਲੋ ਤਾਂ ਕਰਦੇ ਆ ਬਟ ਆਹ ਚੀਜ਼ ਉਹ ਤੋਂ ਵੀ ਜ਼ਿਆਦਾ ਇਫੈਕਟ ਪਾਉਂਦੀ ਆ ਉਸ ਚੀਜ਼ ਨੂੰ ਕਰਨ ਲਈ ਜਾਨੀ ਕਿ ਉਸ ਚੀਜ਼ ਦਾ ਇਫੈਕਟ ਪਾਉਂਦੀ ਆ ਸਾਨੂੰ ਮਜਬੂਰ ਕਰਦੀ ਆ ਉਹ ਚੀਜ਼ਾਂ ਨੂੰ ਕਰਨ ਲਈ ਕਿਉਂਕਿ ਸਾਡੀ ਕਾਸਟ ਅਲੱਗ ਠੀਕ ਹੈ ਸਾਡਾ ਜਿਹੜਾ ਕੀ ਆ ਪਰਸਨੈਲਿਟੀ ਦੂਜਿਆਂ ਨਾਲ ਥੋੜੀ ਜਿਹੀ ਅਲੱਗ ਹੁੰਦੀ ਆ ਤਾਂ ਅਸੀਂ ਕਹਿ ਸਕਦੇ ਕਿ ਬੇਸਿਸ ਆਫ ਇਨਕਵੈਲਟिज ਹੁੰਦੀਆਂ ਠੀਕ ਹੈ ਆਸਮਾਨਤਾਵਾਂ ਇੱਥੇ ਮੈਂ ਲਿਖ ਦਿੰਨੀ ਤਾਂ ਕਿ ਹੋਰ ਵੀ ਤੁਹਾਨੂੰ ਜਿਹੜਾ ਕਿ ਇਹ ਕਲੀਅਰ ਹੋ ਸਕੇ ਨੈਕਸਟ ਆ ਜਾਂਦੀ ਆ ਜਿਹੜੀਆਂ ਆਸਮਾਨਤਾਵਾਂ ਸਾਡੇ ਵਿੱਚ ਪੈਦਾ ਹੁੰਦੀਆਂ ਜਦੋਂ ਤਾਂ ਫਿਰ ਉਹ ਸਾਨੂੰ ਮਜਬੂਰ ਕਰ ਦਿੰਦੀ ਹੈ ਜੈਂਡਰ ਬਾਇਸਨੈਸ ਕਰਨ ਲਈ ਯਾਨੀ ਕਿ ਕਿਸੇ ਇੱਕ ਚੀਜ਼ ਵੱਲ ਝੁਕਾਅ ਕਰਵਾ ਦੇਣਾ ਠੀਕ ਹੈ ਤਾਂ ਅਸੀਂ ਜਿਹੜਾ ਕਿ ਇੱਕ ਚੀਜ਼ ਵੱਲ ਝੁੱਕ ਜੰਨੇ ਹੱਸੀ ਜਿਹੜਾ ਕਿ ਡਿਸਕ੍ਰਿਮੀਨੇਸ਼ਨ ਪੈਦਾ ਹੋ ਜਾਂਦੀ ਆ ਬੜ ਜੇਕਰ ਆਪਾਂ ਗੱਲ ਕਰੀਏ ਹੁੰਦੀ ਮਾਡਰਨ 에ਰਾ ਦੀ ਗੱਲ ਕਰੀਏ ਤਾਂ ਇਕਵੈਲਟੀ ਹੀ ਇੱਕ ਇਹੋ ਜਿਹਾ ਵਰਡ ਆ ਜਿਹੜਾ ਕਿ ਇਹ ਸਾਰਿਆਂ ਵਿੱਚ ਸਮਾਨਤਾ ਤੇ ਬਰਾਬਰ ਮੌਕੇ ਦਿੰਦਾ ਹੈਗਾ ਹਰੇਕ ਚੀਜ਼ ਦੇ ਤਾਂ ਆ ਇਕਵੈਲਟੀ ਜਿਹੜੀ ਕਿ ਆ ਸਾਰੀਆਂ ਚੀਜ਼ਾਂ ਨੂੰ ਜਿਹੜਾ ਕਿ ਇਹ ਖਤਮ ਕਰ ਦਿੰਦੀ ਆ ਤਾਂ ਅਸੀਂ ਕਹਿ ਸਕਦੇ ਆ ਇਕਵੈਲਟੀ ਜਿਹੜਾ ਕੀ ਆ ਇੰਪੋਰਟੈਂਟ ਵਰਡ ਆ ਤੇ ਜਿਹੜਾ ਕਿ ਹੁਣ ਬਹੁਤ ਜ਼ਿਆਦਾ ਇਸ ਚੀਜ਼ ਦਾ ਯੂਜ਼ ਕੀਤਾ ਜਾ ਰਿਹਾ ਵੀ ਕਿਸੇ ਨਾਲ ਕੋਈ ਭੇਦਭਾਵ ਨਾ ਕੀਤਾ ਜਾਵੇ ਤਾਂ ਅਸੀਂ ਇਸ ਤਰੀਕੇ ਨਾਲ ਤੁਸੀਂ ਜਿਹੜਾ ਕਿ ਇਹਨੂੰ ਪੂਰੇ ਟੌਪਿਕ ਨੂੰ ਯਾਦ ਕਰ ਸਕਦੇ ਹੋ ਕਿ ਸਮਾਜ ਵਿੱਚ ਸਭ ਤੋਂ ਪਹਿਲਾਂ ਸਾਡੀ ਪਛਾਣ ਬਣਦੀ ਆ ਫਿਰ ਸਮਾਜ ਦੁਆਰਾ ਜਿਹੜੇ ਸਾਡਾ ਰੋਲ ਹੁੰਦੇ ਆ ਅਸੀਂ ਉਹ ਰੋਲਸ ਨੂੰ ਅਪਣਾਉਨੇ ਆ ਤੇ ਉਹ ਚੀਜ਼ ਕਰਦੇ ਆ ਆਪਣੀ ਭੂਮਿਕਾ ਨਿਭਾਣੇ ਆ ਫਿਰ ਉਸ ਤੋਂ ਬਾਅਦ ਅਸੀਂ ਜੈਂਡਰ ਸਟੀਰੀਓਟਾਈਪ ਟਾਈਪ ਰੂੜੀਵਾਦੀ ਸੋਚ ਜਿਹੜੀ ਸਾਡੇ ਤੁਰੀ ਆਂਦੀ ਹੁੰਦੀ ਹੈ ਉਸ ਚੀਜ਼ ਨੂੰ ਵੀ ਅਸੀਂ ਫੋਲੋ ਕਰਦੇ ਆਂ ਕਿ ਫਿਰ ਉਸ ਤੋਂ ਬਾਅਦ ਕੀ ਹੈ ਜਦੋਂ ਅਸੀਂ ਰੂੜੀਵਾਦੀ ਸੋਚ ਨੂੰ ਫੋਲੋ ਕਰ ਰਹੇ ਹੁੰਨੇ ਆ ਤਾਂ ਉਹਦੇ ਵਿੱਚ ਬੇਸਿਸ ਆਫ ਕੁਝ ਇਨ ਕੁਆਲਿਟੀਆਂ ਵੀ ਆਉਂਦੀਆਂ ਹੈਗੀਆਂ ਜੋ ਸਾਡੇ ਵਿੱਚ ਆਸਮਾਨਤਾਵਾਂ ਪੈਦਾ ਕਰਦੀਆਂ ਕਿਹੜੀਆਂ ਹੁੰਦੀਆਂ ਸਾਡੀ ਕਾਸਟ ਹੋ ਸਕਦੀ ਹੈ ਸਾਡੀ ਡਿਸਕ੍ਰਿਮੀਨੇਸ਼ਨ ਹੋ ਸਕਦਾ ਸੋਸ਼ਲ ਸਟੇਟਸ ਹੋ ਸਕਦਾ ਸਾਡੀ ਪਰਸਨੈਲਿਟੀ ਹੋ ਸਕਦੀ ਹੈ ਉਸ ਤੋਂ ਬਾਅਦ ਜਿਹੜਾ ਕਿ ਅਸੀਂ ਇੱਕ ਪਾਸੇ ਝੁਕਾਅ ਕਰ ਲੈਂਦੇ ਜਾਨੀ ਕਿ ਜੈਂਡਰ ਬਾਇਸ ਨੇ ਪੱਖਪਾਤ ਕਰਨ ਲੱਗ ਜਾਂਦੇ ਹਨ ਭੇਦਭਾਵ ਹੋਣ ਲੱਗ ਜਾਂਦਾ ਬਟ ਜਦੋਂ ਆ ਸਾਰੀਆਂ ਚੀਜ਼ਾਂ ਖਤਮ ਹੋਣਗੀਆਂ ਤਾਂ ਉਹਦੇ ਵਿੱਚ ਜਿਹੜੀ ਕਿ ਕੁਆਲਿਟੀ ਸ਼ਾਮਿਲ ਕੀਤੀ ਜਾਂਦੀ ਹੈ ਜੋ ਕਿ ਮੋਸਟਲੀ ਹੁਣ ਹੋ ਰਹੀ ਆ ਤਾਂ ਇਸ ਤਰੀਕੇ ਨਾਲ ਸਾਰਾ ਓਵਰ올 ਜਿਹੜਾ ਕਿ ਆਪਾਂ ਟੌਪਿਕ ਜਿਹੜੇ ਕੀ ਆ ਇੰਨੇ ਪੁਆਇੰਟਸ ਦੇ ਵਿੱਚ ਹੀ ਕਲੀਅਰ ਕਰ ਲਿਆ ਤਾਂ ਤੁਹਾਨੂੰ ਜਿਹੜਾ ਕੀ ਇਹ ਟੌਪਿਕ ਸਾਰਾ ਸਮਝ ਆ ਗਿਆ ਹੋਗਾ ਤੇ ਜਿਹੜੇ ਬਹੁਤ ਇੰਪੋਰਟੈਂਟ ਜਿਹੜੇ ਕਿ ਪੁਆਇੰਟਸ ਸੀ ਇਹ ਵੀ ਕਲੀਅਰ ਹੋ ਗਏ ਹੋਣਗੇ ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹੁਣ ਤੱਕ ਜਿਹੜੇ ਪੁਰਾਣੇ ਸਟੂਡੈਂਟ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਜਿਹੜੇ ਨਿਊ ਸਟੂਡੈਂਟਸ ਵੀਡੀਓ ਵਾਚ ਕਰ ਰਹੇ ਉਹ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਮੇਰੀ ਇਸ ਵੀਡੀਓ ਨੂੰ ਵਾਚ ਕਰਨੇ ਤੁਹਾਡਾ ਬਹੁਤ ਬਹੁਤ ਧੰਨਵਾਦ